ਉਹ ਗੁਟਕੇ ਫੜਫੜ ਕੇ ਬੈਠੇ ਕਿਉਂ ਜਾਂ ਬਹਿ ਕੇ ਕਿਤੇ ਜੇ ਉਹਦੀ ਵੈਲਿਊ ਹੀ ਨਹੀਂ ਕੋਈ ਉਹਨਾਂ ਕੋ ਤਾਂ ਫਿਰ ਕੀ ਮਤਲਬ ਕੀ ਹੈ ਇਹ ਜਿਹੜੇ ਲੋਕ ਨੇ ਨਾ ਜਦ ਪਾਵਰ ਲੈਣ ਲਈ ਤੇ ਸਭ ਕੁਝ ਮੰਨਦੇ ਆ ਜਦ ਪਾਵਰ ਚ ਆ ਜਾਂਦੇ ਆ ਫਿਰ ਇਹ ਮਨਮਾਨੀਆਂ ਕਰਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਸਲਾਹ ਨਹੀਂ ਦੇ ਸਕਦਾ ਕਿਸ ਦੀ ਸਲਾਹ ਸੁਣਦੇ ਲੈਕਚਰਦਾਨ ਮੈਨੂੰ ਕਹੀ ਵੀ 12 ਵਜੇ ਰਾਤ ਤੱਕ ਵੀ ਟੈਲੀਫੋਨ ਕਰ ਦਿੰਦਾ ਲੇਕਿਨ ਉਸ ਵੇਲੇ ਉਹਨਾਂ ਦਾ ਮਕਸਦ ਸੀਗਾ ਕਿ ਵੋਟਾ ਕਿੱਦਾਂ ਲੈਣੀ ਆ ਜਿਹੜਾ ਸਾਰੇ ਰਿਸੋਰਸਸ ਨੇ ਪੰਜਾਬ ਦੇ ਉਤੇ ਮਾਫੀਆ ਘਰਿਆ ਤੇ ਲੁੱਟ ਤੇ ਦਿੱਤੇ ਵਾਲੇ ਲੁੱਟ ਡਾਕਾ ਮੈਨੂੰ ਪੁੱਛੋ ਤਾਂ ਜਿਹੜੇ ਪੰਜਾਬ ਦੇ ਸਟੇਟ ਦੇ ਰਿਸੋਰਸਸ ਦੇ ਉੱਤੇ ਇਹ ਤਾਂ ਭਈਆ ਜੀ ਆਜਾ ਪੜਨ ਦੋ ਸਾਲ ਚੱਲ ਰਹੇ ਹਨ ਨਾ ਇਹ ਲੁੱਟ ਪੈਣੀ ਇੱਦੇ ਚੱਲਣੀ ਹੈ ਇਹਨੂੰ ਕੋਈ ਰੋਕ ਸਕਦਾ ਜਿਹਨੇ ਮਰਜ਼ੀ ਤੁਸੀਂ ਇੰਟਰਵਿਊ ਕਰ ਲਓ ਜਿਹਨੇ ਮਰਜ਼ੀ ਤੁਸੀਂ ਲੋਈ ਪਾ ਦਿਓ ਫਾਰਬ ਨੂੰ ਫਾਇਦਾ ਨਹੀਂ ਹੋ ਰਿਹਾ ਵੱਡਾ ਪਾਣੀ ਡਾਊਨ ਜਾ ਰਿਹਾ ਔਰ ਤੁਸੀਂ ਸਬਸਿਡੀ ਜਿਹੜੀ ਆਉਤੀ ਕਰਜ਼ੂਬਨ ਨੂੰ ਦੇ ਰਹੇ ਹੋ ਵੱਡੇ ਮੁਰਕ ਵੱਡੀਆਂ ਸਬਸਿਡੀ ਦਿੰਦੀ ਛੋਟੇ ਮੁਰਕ ਛੋਟੀਆਂ ਸਬਸਿਡੀ ਦਿੰਦੀਆਂ ਕੋਈ ਤੁਸੀਂ ਮੈਨੂੰ ਇੱਕ ਕੰਟਰੀ ਦਿਖਾ ਦਿਓ ਜਿਹਦੇ ਵਿੱਚ ਫਾਰਮਰ ਨੂੰ ਸਬਸਿਡੀ ਤੋਂ ਬਿਨਾਂ ਫਾਰਮਰ ਜੀਦਾ ਹੋਵੇ ਇਹਨਾਂ ਦੀ ਤਾਂ ਸੋਚ ਹੀ ਬੜੀ ਹੈ ਟੈਡੇਰਾਂ ਦੇ ਕ੍ਰਾਪਸ਼ਨ ਨਾਲ ਭਰੇ ਹੋਇਆ ਦਿਮਾਗ ਇਹਦਾ غرੂਰ ਨਾਲ ਭਰਿਆ ਹੋਇਆ ਲੋਕ ਹਿਸਦੀ ਤਾਂ ਗੱਲੀ ਕੋਈ ਨਹੀਂ ਕਰਦੇ ਆ ਮੈਂ ਨਾ ਤੇ ਬੈਸ ਸੋਸ਼ਲ ਮੈਨ ਕਿ ਜਾਵਾ ਤੇ ਡਿਨਰ ਖਾਇਆ ਵਾ ਤੇ ਲੰਚ ਖਾਇਆ ਵਾ ਤੇ ਸ਼ਰਾਬ ਪੀਆ ਵਾ ਬਲੇ ਬਲੇ ਕਰਿਆ ਵਾ ਇਥੇ ਤਾਂ ਉਹ ਉਹ ਡੀਸੀ ਉਹ ਡੀਐਸਪੀ ਉਹ ਐਸਪੀ ਕੰਮ ਕਰਦਾ ਹੈ ਜਿਸ ਵੇਰੇ ਉੱਠ ਕੇ ਆਪਣੇ ਐਮਐਲਏ ਨੂੰ ਸੱਸੀ ਕਾਲਜੀ ਕਵੇ ਮੇਰੇ ਸਾਹਮਣੇ ਜਿਹੜਾ ਆ ਉਹ ਗਰੀਬ ਦਿਖਾਈ ਦੇ ਰਿਹਾ ਮੇਰੇ ਸਾਹਮਣੇ ਫਾਰਮਰ ਦਿਖਾਈ ਦੇ ਰਿਹਾ ਮੇਰੇ ਸਾਹਮਣੇ ਪਿੰਡ ਦਾ ਲੇਬਰਰ ਦਿਖਾਈ ਦੇ ਰਿਹਾ ਹੈ ਮੇਰੇ ਸਾਹਮਣੇ ਜਦ ਮਾਈਗਰੇਟਰੀ ਰਿਪੋਰਟ ਜਿਹੜੀ ਬਚਾਰੀ ਫ੍ਰੀ ਹੱਤ ਹੋ ਰਹੀ ਹੈ ਨਾਲੀ ਮੇਰੇ ਹਮਨੇ ਉਹ ਦਿਖਾਈ ਦੇ ਰਿਹਾ ਇਸ ਪੰਜਾਬ ਨੂੰ ਤਾਂ ਲੋਕ ਇਦਾਂ ਬਚਾ ਸਕਦੇ ਆ ਕਿ ਸਰਵਿਸ ਵਾਲਾ ਪੀਪ ਬੰਦਾ ਆਵੇ ਜੇ ਯਾਰ ਇੱਕ ਕੰਸਟੀਟਿਊਐਂਟ ਸੇ ਇੱਕ ਆਦਮੀ ਇਮਾਨਦਾਰ ਨਹੀਂ ਲੱਭ ਸਕਦਾ ਸੱਤਿਆਕਾਰ ਪ੍ਰਾਈਮੇਸ਼ੀਆ ਟੀਵੀ ਦੇ ਨਾਲ ਤੁਸੀਂ ਜੁੜੇ ਹੋਇਓ ਮੈਂ ਹਾਂ ਸੁਖ ਸੋਹਲ ਕਰੋਨਾ ਵਾਇਰਸ ਨੇ ਦੁਨੀਆ ਭਰ ਦੇ ਮੁਲਕਾਂ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ ਹਜ਼ਾਰਾਂ ਕਰੋੜ ਦੇ ਕਰਜ਼ੇ 'ਚ ਡੁੱਬੇ ਪੰਜਾਬ ਦਾ ਕਰਜ਼ਾ ਜਿਹੜਾ ਹੈ ਆਉਣ ਵਾਲੇ ਸਮੇਂ 'ਚ ਹੋਰ ਵੱਧ ਸਕਦਾ ਹੈ ਇਸ ਗੱਲ ਦੇ ਅੰਦਾਜ਼ੇ ਜਿਹੜੇ ਨੇ ਹੁਣ ਲੱਗਣੇ ਸ਼ੁਰੂ ਹੋ ਗਏ ਨੇ ਤੇ ਸਰਕਾਰ ਦੀ ਜਿਹੜੀ ਪਿਛਲੇ 3 ਸਾਲਾਂ ਦੀ ਸਾਢੇ 3 ਸਾਲਾਂ ਦੀ ਕਾਰਗੁਜ਼ਾਰੀ ਹੈ ਇਸ ਨੂੰ ਲੈ ਕੇ ਵੀ ਹੁਣ ਸਰਕਾਰ 'ਚ ਆਪਣੇ ਹੀ ਜਿਹੜੇ ਉਹਨਾਂ ਦੇ ਵਿਧਾਇਕ ਜਾਂ ਫਿਰ ਮੰਤਰੀ ਨੇ ਉਹਨਾਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਡੁੱਬ ਰਹੇ ਕਰਜ਼ੇ 'ਚ ਪੰਜਾਬ ਨੂੰ ਮੁੜ ਤੋਂ ਕਿਸ ਤਰੀਕੇ ਦੇ ਨਾਲ ਕੱਢਿਆ ਜਾ ਸਕਦਾ ਹੈ ਬਹੁਤ ਸਾਰੇ ਸਵਾਲ ਨੇ ਤੇ ਇਨ੍ਹਾਂ ਸਵਾਲਾਂ ਦੇ ਕੀ ਹੱਲ ਨੇ ਇਹਨਾਂ ਹੱਲ ਨੂੰ ਇਹਨਾਂ ਸਵਾਲਾਂ ਦੇ ਜਵਾਬਾਂ ਨੂੰ ਜਾਣਨ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਤੇ ਪੰਜਾਬੀਅਤ ਦੇ ਸ਼ੋਭਚਿੰਤਕ ਤੇ ਮਸ਼ਹੂਰ ਅਰਥਸ਼ਾਸਤਰੀ ਸਰਦਾਰਾ ਸਿੰਘ ਜੋਲ ਹੋਣਾ ਦੇ ਕੋਲ ਜੋਲ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਤੇ ਇਸ ਵੇਲੇ ਜੋਲ ਸਾਹਿਬ ਚਰਚਾ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਕਾਰਜਸ਼ੈਲੀ ਨੂੰ ਲੈ ਕੇ ਹੋ ਰਹੀ ਹੈ ਤੁਹਾਡੇ ਕੋਲ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਹ ਪਹੁੰਚੇ ਸਨ ਅਚਨਚੇਤ ਜਿਹੜੀ ਉਹ ਮਿਲਣੀ ਹੋਈ ਸੀ ਤੇ ਤੁਹਾਨੂੰ ਆ ਕੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਕਰਜ਼ੇ ਦੀ ਦਲਦਲ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਜੋਲ ਸਾਹਿਬ ਕੋਈ ਗੁਰ ਦੱਸੋ ਕਿ ਪੰਜਾਬ ਨੂੰ ਜੇਕਰ ਮੈਂ ਮੁੱਖ ਮੰਤਰੀ ਬਣਦਾ ਤੇ ਕਿਸ ਤਰੀਕੇ ਦੇ ਨਾਲ ਇਸ ਦਲਦਲ ਚੋਂ ਕੱਢਿਆ ਜਾ ਸਕਦਾ ਕਿਹੜੀਆਂ ਗੱਲਾਂ ਉਦੋਂ ਹੋਈਆਂ ਸੀ ਤੇ ਕਿੰਨੀਆਂ ਇੱਕ ਗੱਲਾਂ ਤੁਹਾਡੀਆਂ ਮੰਨੀਆਂ ਗਈਆਂ ਗੱਲ ਆ ਬਈ ਉਹ ਅਚਨਚੇਤ ਨਹੀਂ ਸੀ ਆਏ ਪਹਿਲੀ ਗੱਲ ਤੇ ਜੀ ਪੂਰੀ ਪਲਾਨ ਕਰਕੇ ਆਏ ਸੀ ਦੱਸ ਕੇ ਆਏ ਸੀ ਔਰ ਕੰਸਲਟੇਸ਼ਨ ਕਰਨਾਈ ਸੀ ਲੇਕਿਨ ਉਸ ਵੇਲੇ ਉਹਨਾਂ ਦਾ ਮਕਸਦ ਸੀਗਾ ਕਿ ਵੋਟਾਂ ਕਿੱਦਾਂ ਲੈਣੀ ਹੈ ਜੀ ਖੈਰ ਮੈਂ ਆਪਣੀ ਜੋ ਸੋਚ ਦੇ ਨਾਲ ਜਿੰਨੀ ਕਿ ਉਹਨਾਂ ਦੀ ਮਦਦ ਕਰ ਸਕਦਾ ਸੀ ਉਹ ਮੈਂ ਕੀਤੀ ਲੇਕਿਨ ਇੱਥੇ ਸਵਾਲ ਜ਼ਰੂਰ ਪੈਦਾ ਹੋਇਆ ਸੀ ਕਿਉਂਕਿ ਮੈਂ ਉਹਨਾਂ ਨਾਲ ਪਹਿਲਾਂ ਪਿਛਲੀ ਟਰਮ ਦੇ ਵਿੱਚ 5 ਸਾਲ ਕੰਮ ਕਰ ਚੁੱਕਾ ਸੀ ਜੀ ਔਰ ਉਸ ਤੇ ਦੇਵਾਨ ਮੈਨੂੰ ਕੈਬਨਟ ਰੈਂਕ ਵੀ ਦਿੱਤਾ ਹੋਇਆ ਸੀ ਜੀ ਲੇਕਿਨ ਮੈਂ ਬਗੈਰ ਕਿਸੇ ਰਿਬਨਿਸ਼ੇ ਤੋਂ ਕੰਮ ਕੀਤਾ ਸੀ ਇਤੋਂ ਤੱਕ ਕੋਈ ਟੀਏ ਵਗੈਰਾ ਵੀ ਨਹੀਂ ਸੀ ਲਿਆ ਹਮ ਰਿਪੋਰਟਾਂ ਦਿੱਤੀਆਂ ਲੇਕਿਨ ਉਹਨਾਂ ਨੇ ਉਹਨਾਂ ਦੀ ਕੋਈ ਧਿਆਨ ਨਹੀਂ ਸੀ ਕੀਤਾ ਉਸ ਵੇਲੇ ਔਰ ਤੁਹ ਸਮਝੋ ਕਿ ਜਿੰਨੀਆਂ ਮੈਂ ਰਿਪੋਰਟਾਂ ਦਿੱਤੀਆਂ ਪਹਿਲਾ ਵਰਕਾ ਵੀ ਸ਼ਾਇਦ ਉਹਨਾਂ ਨੇ ਨਹੀਂ ਫੋਲਿਆ ਡਿਸਕਸ਼ਨ ਤਾਂ ਕੀ ਕਰਨੀ ਸੀ ਔਰ ਮੈਂ ਦੋ ਬਾਰੀ ਉਹ ਦੋ ਰਿਜ਼ਾਈਨ ਵੀ ਕੀਤਾ ਸੀ ਪਰ ਉਹਨਾਂ ਨੇ ਫੇਰ ਮੈਨੂੰ ਪਰਸੂਏਟ ਕਰਕੇ ਉਹ ਰਿਜ਼ਾਈਨ ਮੇਰਾ ਨਹੀਂ ਮੰਨਿਆ ਸੀ ਇਹ ਜੀ ਬੰਦਾ ਨੋਟਿਸ ਵਿੱਚ ਲੈ ਆਂਦੀ ਸੀ ਕਿ ਬਈ ਜੇ ਤੁਸੀਂ ਮੁੜ ਕੇ ਪਾਵਰ 'ਚ ਆਉਨੇ ਹੋ ਤਾਂ ਕੀ ਜਿਹੜੀਆਂ ਚੀਜ਼ਾਂ ਨੇ ਜਿਹੜੀ ਮੈਂ ਤੁਹਾਨੂੰ ਐਗਰੀ ਨਹੀਂ ਕਰਦਾ ਔਰ ਜਿਹੜੀਆਂ ਚੀਜ਼ਾਂ ਤੁਹਾਨੂੰ ਬਦਲਣੀਆਂ ਚਾਹੀਦੀਆਂ ਜੀ ਗੱਲਾਂ ਤਾਂ ਕਹੀ ਹੋਈਆਂ ਸੀ ਪਰ ਤੁਸੀਂ ਗੱਲ ਕਰਜ਼ੇ ਦੀ ਕੀਤੀ ਆ ਤੇ ਮੈਂ ਉਹਨਾਂ ਨੂੰ ਕਰਜ਼ੇ ਬਾਰੇ ਇਹ ਕਿਹਾ ਸੀ ਕਿ ਮੇਰੇ 3-4 ਸਵਾਲ ਨੇ ਔਰ ਸਿਰਫ ਇਹ ਐਗਰੀਕਲਚਰ ਜਾਂ ਕਿਸਾਨੀ ਕਰਜ਼ਾ ਜਾਂ ਲੇਬਰ ਕਰਜ਼ਾ ਨਹੀਂ ਇਹ ਸਾਰੇ ਕਰਜ਼ਿਆਂ ਬਾਰੇ ਮੇਰੇ ਸਵਾਲ ਨੇ ਔਰ ਇਹ ਐਗਰੀਕਲਚਰ ਸੈਕਟਰ ਵੀ ਲੱਗਦੇ ਨੇ ਮੈਂ ਕਿਹਾ ਪਹਿਲਾ ਸਵਾਲ ਮੇਰਾ ਸੀ ਕਿ ਮਨੁੱਖ ਇਹ ਦੱਸੋ ਜੇ ਨਹੀਂ ਕਰਜ਼ਾ ਨਹੀਂ ਲਿਆ ਉਹਨੇ ਕੀ ਗਲਤੀ ਕੀਤੀ ਹੂੰ ਮਿਹਨਤ ਕੀਤੀ ਆ ਕਰਜ਼ਾ ਨਹੀਂ ਲਿਆ ਦੂਜਾ ਜਿਨ੍ਹਾਂ ਨੇ ਕਰਜ਼ਾ ਲਿਆ ਲੇਕਿਨ ਉਹ ਕਮਾ ਕੇ ਵਾਪਸ ਕਰ ਦਿੱਤਾ ਉਹਨਾਂ ਨੇ ਕੀ ਗਲਤੀ ਕੀਤੀ ਹੈ ਹੂੰ ਕੀ ਕਸੂਰ ਹੈ ਉਹਨਾਂ ਦਾ ਤੀਜਾ ਹੈ ਕਿ ਕੋਈ ਵੀ ਹੋਵੇ ਜੀ ਆਫਟਰ ਜਿਹੜਾ ਕਰਜ਼ਾ ਦਿੰਨੇ ਅਸੀਂ नेशनल ट्यून ਲੋਕਾਂ ਦੇ ਟੈਕਸ ਚੋਦਨੇ ਆ ਨਾ ਵੀ ਜਿਹੜਾ ਬੰਦਾ ਕਰਜ਼ਾ ਵਾਪਸ ਕਰ ਸਕਦਾ ਉਹ ਕਿਉਂ ਨਾ ਕਰੇ ਜੀ ਕੋਈ ਹੋਵੇ ਚਾਹੇ ਇੰਡਸਟਰੀਜ਼ ਹੋਵੇ बिजनेसमैन ਹੋਵੇ ਐਗਰੀਕਲਚਰ ਹੋਵੇ ਲੇਬਰ ਹੋਵੇ ਕੋਈ ਹੋਵੇ ਜੀ ਜਿਹੜਾ ਕਰ ਸਕਦਾ ਉਹ ਕਿਉਂ ਨਾ ਵਾਪਸ ਕਰੇ ਔਰ ਚੌਥਾ ਸਵਾਲ ਮੇਰਾ ਹੈ ਕਿ ਕੀ ਕਰਜ਼ਾ ਸੈਕਟਰ ਨੇ ਲਿਆ ਹੋਇਆ ਜਾਂ ਇਕੱਲੇ ਇਕੱਲੇ ਬੰਦੇ ਨੇ ਲਿਆ ਹੋਇਆ ਵੀ ਤੁਸੀਂ ਸੈਕਟਰ ਨੂੰ ਕਿਉਂ ਸਭ ਨਹੀਂ ਜਿਸ ਬੰਦੇ ਨੂੰ ਕੋ ਮੁਸ਼ਕਲ ਵਿੱਚ ਫਸਿਆ ਆ ਉਸ ਨੂੰ ਤੁਸੀਂ ਕਨਸਿਡਰ ਕਰੋ ਜੀ ਇਦੇ ਵਿੱਚ ਜੇ ਤੁਸੀਂ ਜਨਰਲ ਕਰ ਦਿੰਦੇ ਆ ਵੀ ਇੰਨੇ ਏਕੜ ਤੱਕ ਇਹਨੇ ਤਾਂ ਕਰਦੇ ਆ ਉਹ ਚ ਪੋਲਿਟਿਕਸ ਆ ਜਾਂਦੀ ਹੈ। ਉਹਦੇ ਵਿੱਚ ਆਪਣੇ ਪਾਰਟੀਆਂ ਨੂੰ ਗੱਸੜ ਕੀਤੀ ਜਾਂਦੀਆਂ ਔਰ ਬੰਦ ਪੈਸੇ ਉਹ ਨਾ ਕੋ ਚਲ ਜੇ ਜੇ ਲੋੜ ਨਹੀਂ ਔਰ ਜਿਹਨਾਂ ਕੋਲ ਲੋੜ ਹੈ ਉਹਨਾਂ ਕੋ ਜਾਂਦੇ ਨਹੀਂ। ਜੀ। ਸੋ ਇੱਕ ਤਾਂ ਮੈਨੂੰ ਇਹ ਗੱਲ ਕਹੀ ਸੀ। ਦੂਜੀ ਗੱਲ ਮੈਨੂੰ ਕਹੀ ਸੀ ਬਿਜਲੀ ਵਾਲੇ ਪਾਣੀ ਵਾਲੇ। ਜੀ। ਮੈਂ ਕਿਹਾ ਗਲਤ ਬਹੁਤ ਕਰਨ ਵਾਲੀਆਂ ਜੇ ਸਾਡੀ ਸਰਕਾਰ ਬਣ ਗਈ ਤਾਂ ਉਦੋਂ ਬਾਅਦ ਫੇਰ ਵੀ ਹੋ ਸਕਦੀ ਆ ਪਰ ਤੁਸੀਂ ਇਹ ਦੋ ਬੇਸਿਕ ਚੀਜ਼ਾਂ ਮੇਰੀਆਂ ਜਿਹੜੀਆਂ ਜੇਕਰ ਤੁਹਾਡਾ ਐਗਰੀ ਨਹੀਂ ਕਰਦਾ ਔਰ ਬੈਟਰ ਹੋ ਸਕਦੀਆਂ ਉਹ ਤੁਸੀਂ ਨਹੀਂ ਕਰਦੇ ਮੈਂ ਕਿਹਾ ਬਿਜਲੀ ਦੇਖੋ ਫਾਰਮਰਸ ਨੂੰ ਸਬਸਿਡੀ ਦੀ ਲੋੜ ਹੈ ਦੁਨੀਆ ਦਾ ਕੋਈ ਵੀ ਫਾਰਮ ਸੈਕਟਰ ਜਿਹੜਾ ਆ ਉਹ ਸਬਸਿਡੀ ਤੋਂ ਬਿਨਾਂ ਨਹੀਂ ਬਚਦਾ ਮੈਨੂੰ ਕਹਿਣ ਲੱਗੇ ਕਿ ਇਹ ਤਾਂ ਗਵਰਨਮੈਂਟ ਬਣਨ ਤੋਂ ਬਾਅਦ ਹੀ ਹੋ ਸਕਦਾ ਮੈਂ ਕਿਹਾ ਤਾਂ ਮੈਂ ਕਿਹਾ ਕਿ ਇਹਨੇ ਹੁਣ ਲਾ ਦਿਓ ਪਰ ਸਵਾਲ ਇਹ ਪਹਿਲਾਂ ਹੁੰਦਾ ਗਵਰਨਮੈਂਟ ਬਣਨ ਤੋਂ ਬਾਅਦ ਚੁੱਪ ਜੀ ਉਸ ਪਾਸੇ ਸੋਚ ਹੀ ਨਹੀਂ ਉਹ ਰਿਪੀਟ ਜਿਹੜੀ ਅੱਜ ਤੋਂ 25 ਸਾਲ ਤੋਂ ਚੱਲ ਰਿਆ ਅਸੀਂ ਫਰੀ ਬਿਜਲੀ ਬੰਦ ਨਹੀਂ ਕਰਨੀ ਅਸੀਂ ਫਰੀ ਬਿਜਲੀ ਪਾਣੀ ਬੰਦ ਨਹੀਂ ਕਰਨੀ ਬਈ ਤੁਸੀਂ ਬੰਦ ਹੀ ਨਹੀਂ ਕਰਦਾ ਕਮੇਟੀਆਂ ਕਾ ਲਈ ਬਣਾ ਰਿਆ ਇਫ ਯੂ ਆਰ ਆਲਰੇਡੀ ਫਿਕਸਡ ਜੀ ਕਿ ਅਸੀਂ ਇਹ ਕੰਮ ਨਹੀਂ ਕਰਨਾ ਤਾਂ ਫੇ ਕਮੇਟੀਆਂ ਕਾ ਜੀ ਬਣਾ ਲੈ ਕਮੇਟੀ ਤੇ ਹੋਰ ਰეკਮੈਂਡ ਕਰਨੀਆਂ ਹਮ ਮੈਂ ਕਿ ਪੰਜ ਸਾਲ ਮੈਂ ਰეკਮੈਂਡ ਕਰਦਾ ਰਿਆ ਪਲੈਨਿੰਗ ਕਮਿਸ਼ਨ ਤੁਹਾਨੂੰ ਮੁਰਮੁਰ ਕੇ ਐਵਰੀ ਟਾਈਮ ਕਰਦਾ ਰਿਆ ਜੀ ਤੁਸੀਂ ਉਹ ਨਹੀਂ ਮੰਨੇ ਹੁਣ ਕਮੇਟੀਆਂ ਦਾ ਕੀ ਫਾਇਦਾ ਹੈ ਸੋ ਇਹ ਮੇਰਾ ਕਹਿਣ ਦਾ ਮਤਲਬ ਹੈ ਵੀ ਇਹ ਜਿਹੜੇ ਲੋਕ ਨੇ ਨਾ ਜਦ ਪਾਵਰ ਲੈਣ ਲਈ ਤੇ ਸਭ ਕੁਝ ਮੰਨਦੇ ਆ ਜੀ ਜਦ ਪਾਵਰ ਚ ਆ ਜਾਂਦੇ ਆ ਫੇਰ ਇਹ ਮਨਮਾਨੀਆਂ ਕਰਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਸਲਾਹ ਨਹੀਂ ਦੇ ਸਕਦਾ ਕਿਸ ਦੀ ਸਲਾਹ ਸੁਣਦੇ ਨਹੀਂ ਅੱਛਾ ਸਲਾਹ ਲੈਣ ਕੈਪਟਨ ਅਮਰਿੰਦਰ ਸਿੰਘ ਹੋਣੀ ਜਿਹੜੀਆਂ ਆਮ ਚੋਣਾਂ ਹੋਈਆਂ ਸਨ ਪੰਜਾਬ ਚ 2017 ਚ ਉਸ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਸਨ ਪਰ ਹੁਣ 3.5 ਸਾਲ ਦਾ ਵਕਫਾ ਜਿਹੜਾ ਲਗਭਗ ਬੀਤ ਚੁੱਕਿਆ ਹੈ ਸੁਣਨ ਦੇ ਵਿੱਚ ਆ ਰਿਹਾ ਕਿ ਤੁਹਾਡੇ ਨਾਲ ਨਾਰਾਜ਼ਗੀ ਚੱਲ ਰਹੀ ਹੈ ਉਹਨਾਂ ਦੀ ਹੁਣ ਤਾਂ ਸਾਡੀ ਕੋਈ ਸੁਲਾਹ ਵੀ ਨਹੀਂ ਲੈਂਦੇ ਤੇ ਨਰਾਜ਼ਗੀ ਨਹੀਂ ਚੱਲ ਰਹੀ ਗੱਲ ਇਹ ਆ ਵੀ ਮੈਂ ਸਹੀ ਮੈਨੇਚ ਮੈਂ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਬਹੁਤ ਮਦਦ ਕੀਤੀ ਹੈ ਜੀ ਔਰ ਉਹਨਾਂ ਨੇ ਮੇਰੇ ਨਾਲ ਬਹੁਤ ਵਾਅਦੇ ਕੀਤੇ ਸੀ ਜੀ ਜੇਨਾਂ ਚੋ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਨਾ ਕਰ ਸਕਦਾ ਮੈਨੂੰ ਪਤਾ ਵੀ ਨਹੀਂ ਕਰ ਸਕਦਾ ਸਿੱਧੇ ਲਫ਼ਜ਼ਾਂ ਦੇ ਤੁਹਾਡੀ ਕੋਈ ਗੱਲ ਨਹੀਂ ਮੰਨੀ ਇਹ ਰੈਕੋਗਨਾਈਜ਼ ਕਰਦਾ ਕਿ ਮੈਂ ਬਹੁਤ ਮਦਦ ਕੀਤੀ ਹੈ लैक्चर दौरान मैं कई बार बारह बजे रात तक भी टैलीफोन कर अच्छा समझे ना मैं पेड गया ता मेरे को टैलीफोन आ जाता सी आ हो गया ओ हो गया ये हो गया वो हो गया लेकिन जब वही गौरमेंट बन गईनू पता है कि मैं वहदे पूरे नहीं कर सकता और ये बड़ा इंटेलीजेंट आदमी है मैं इज नॉट ए डफर उन्हें यह पता कि डॉक्टर जॉ मेरे नाल नहीं चल सकता तो मैं वो नहीं चल सकता ਉਹਨਾਂ ਦਾ ਆਬਜੈਕਟਿਵ ਕੀ ਹੋਰ ਹੈ ਮੇਰਾ ਆਬਜੈਕਟਿਵ ਪੰਜਾਬ ਹੈ ਉਹਨਾਂ ਦਾ ਐਕਟ ਪੰਜਾਬ ਨਹੀਂ ਮੈਟਰ ਇਕਨੋਮੀ ਨਹੀਂ ਤਾਂ ਪੈਸੇ ਖਰਦੇ ਆ ਪੈਸੇ ਲੁੱਟਦੇ ਆ ਗਲਤ ਸਿੱਧੀ ਗੱਲ ਹੈ ਕੋਈ ਪਾਰਟੀ ਹੋਵੇ ਸਾਡਾ ਇਹ ਕਹਿਆ ਹੁਣ ਸਵਾਲ ਇਹ ਆ ਕਿ ਜੇ ਉਹ ਮੈਨੂੰ ਇਨਵੋਲ ਕਰਦਾ ਜੀ ਮੀਟੇਗਾ ਲੱਗੇ ਨਹੀਂ ਮੈਂ ਹੁਣ ਬਣੀ ਮੈਂ ਫੇਰ ਪਿੱਛੇ हट ਜੂ ਉਹ ਇੰਨਾ ਕਿ ਸਮਝਦਾਰ ਹੈ ਕਿ ਜੇ ਨਾਲ ਵੋਟ ਕਰ ਲਿਆ ਪਿੱਛੇ ਹਟਿਆ ਤਾਂ ਮੇਰੇ ਹਟਿਊ ਇਨੋਂ ਬੇਤਰ ਨਾਲ ਨਹੀਂ ਲਿਓ ਹੈਨਾ ਸੋ ਐਬਸੋਲੂਟਲੀ ਉਹ ਚੁੱਪ ਕਰ ਗਿਆ ਮੈਨੂੰ ਇਸ ਸ਼ਖਸ ਨਾਲ ਕੋਈ ਗਿਲਾ ਨਹੀਂ ਹੈ ਬਦੀ ਫੰਕਸ਼ਨਲ ਵਾਲਾ ਗਿਲਾ ਜ਼ਰੂਰ ਹੈ ਤੋ ਖਾਨੂਨੀ ਸਿਸਵਾ ਫਾਰਮ ਤੋਂ ਕੋਈ ਸੱਦਾ ਆਇਆ ਵੀ ਦੁਪਹਿਰ ਦੇ ਖਾਣੇ ਤੇ ਬੈਠਨੇ ਆ ਪੰਜਾਬ ਦੇ ਮਸਲਿਆਂ ਦਾ ਕੀ ਲੈਣਾ ਇਕੱਠੇ ਬਹਿ ਕੇ ਰੋਟੀ ਖਾਣਨੇ ਆ ਤੇ ਗੱਲਬਾਤ ਨਵੇਟਦੇ ਗੱਲ ਦੇਖੋ ਮੈਂ ਮੈਂ ਆਮ ਨਾਟ ਅ ਦੈਟ ਸੋਸ਼ਲ ਮੈਨ ਕਿ ਜਾਵਾਂ ਤੇ ਡਿਨਰ ਖਾਇਆ ਵਾ ਤੇ ਲੰਚ ਖਾਇਆ ਵਾ ਤੇ ਸ਼ਰਾਬ ਪੀਆ ਵਾ ਬੱਲੇ ਬੱਲੇ ਕਰਿਆ ਵਾ ਮੈਂ ਅਨਾ ਪੱਕਤ ਨਹੀਂ ਹੈ ਮੈਨੂੰ ਤੇ ਆਪਣੀ ਸੁਸਾਇਟੀ ਦੇ ਦੀ ਪੰਜਾਬ ਦੇ ਫਾਰਮਰ ਔਰ ਐਜੂਕੇਸ਼ਨ ਵਾਸਤੇ ਮੈਂ ਸਾਰੀ ਲਾਈਫ ਲਾਈ ਆ ਜੀ ਜਦ ਮੈਂ ਉਹਨਾਂ ਦੀ ਹਾਲਤ ਦੇਦਾ ਕਿਉਂਕਿ ਆਈ ਬਿਲੋਂਗ ਟੂ ਫਾਰਮਿੰਗ ਫੈਮਿਲੀ ਮੇਰਾ ਉਹ ਨਹੀਂ ਛੋਟਾ ਫਾਰਮ ਹੈ ਸਾਡੇ ਸਾਰੇ ਬੱਚੇ ਕੰਮ ਕਰਦੇ ਨੇ ਮੇਰਾ ਫਾਦਰ ਵੀ ਖੇਤੀ ਕਰਦਾ ਰਿਹਾ ਮੈਂ ਖੁਦ ਖੇਤੀ ਕੀਤੀ ਹੈ ਮੈਨੂੰ ਪਤਾ ਪ੍ਰੋਬਲਮ ਕੀ ਪ੍ਰੋਬਲਮ ਹੈ ਜੀ ਹੁਣ ਸਵਾਲ ਹੈ ਮੇਰੀ ਤਾਂ ਜਿਹੜੀ ਆ ਮੇਰੇ ਸਾਹਮਣੇ ਜਿਹੜਾ ਆ ਉਹ ਗਰੀਬ ਦਿਖਾਈ ਦੇ ਰਿਹਾ ਮੇਰੇ ਸਾਹਮਣੇ ਫਾਰਮਰ ਦਿਖਾਈ ਦੇ ਰਿਹਾ ਮੇਰੇ ਸਾਹਮਣੇ ਪਿੰਡ ਦਾ ਲੇਬਰਰ ਦਿਖਾਈ ਦੇ ਰਿਹਾ ਹਾਂ ਮੇਰੇ ਸਾਹਮਣੇ ਜਦ ਮਾਈਗਰੇਟਰੀ ਰਿਪੋਰਟ ਜਿਹੜੀ ਬਚਾਰੀ ਬਰੀ ਹਾਲਤ ਹੋ ਰਹੀ ਹੈ ਇਹਨਾਂ ਦੀ ਮੇਰੇ ਸਾਹਮਣੇ ਉਹ ਦਿਖਾਈ ਦੇ ਰਿਹਾ ਇਹਨਾਂ ਨੂੰ ਇਹ ਦਿਖਾਈ ਨਹੀਂ ਦੇ ਰਹਾ ਹਮ ਸਵਾਲ ਤੇ ਨਾ ਮੇਰੀ ਜਿਹੜੀ ਹੈ ਜਿਹੜੀ ਐਸੇ ਤੋਂ ਪੈਰਲ ਲੈਣ ਜਾਰੀ ਮੈ ਨਹੀਂ ਦੇ ਸਕਦਾ ਕਰੇ ਵੀ ਕਾਟ ਮੀਟ ਓਨ ਦਸ ਗੱਲਾਂ ਕਰ ਲਾਂਗੇ ਇਹਨੂੰ ਲੈ ਕੇ ਮੇਰਾ ਅਬਜੈਕਟਿਵ ਹੋ ਰਿਹਾ ਉਹਨਾਂ ਦਾ ਬੈਟਰ ਹੋ ਰਿਹਾ ਹਾਂ ਕਹਿੰਦੇ ਨੇ ਕਿ ਜਦੋਂ ਸਰਕਾਰ ਸੁੱਤੀ ਹੋਵੇ ਤਾਂ ਸੁੱਤੀ ਸਰਕਾਰ ਨੂੰ ਜਗਾਉਣ ਦੇ ਲਈ ਵਿਰੋਧੀ ਧਿਰ ਜਿਹੜੀ ਹੈ ਉਹ ਸਭ ਤੋਂ ਵੱਡੀ ਅਹਿਮ ਭੂਮਿਕਾ ਨਿਭਾ ਸਕਦੀ ਹੈ ਇਸ ਵੇਲੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਪੰਜਾਬ ਚ ਕਿਵੇਂ ਦੇਖਦੇ ਹੋ ਵਿਰੋਧੀ ਤਾਂ ਹੈ ਕਿਹੜੀ ਹੈ ਕੁਐਸਚਨ ਇਹ ਹੈ ਕਿ ਵਿਰੋਧੀ ਤਾਂ ਆਪ ਠੀਈ ਹੋਈ ਹੈ ਅਕਾਲੀ ਖਤਮ ਹੋ ਗਏ ਜੀ ਬੀਜੇਪੀ ਉਹ ਨਾਲ ਰੋੜ ਗਈ ਸਮਝੇ ਨਾ ਕਿਉਂਕਿ ਉਹਨਾਂ ਦੀ ਕਰਤੂਤਾ ਜਿਹੜੀ ਆ 10 ਸਾਲ ਕੀਤੀਆਂ ਉਹਨਾਂ ਨੂੰ ਮੁੜ ਕੇ ਉੱਠਣ ਦੇ ਰਹੀਆਂ ਜੀ ਕਿਹੜੇ ਮੂੰਹ ਨਾਲ ਗੱਲ ਕਰਨੀ ਹੈ ਉਹ ਹਮ ਆਪ ਜਿਹੜਾ ਉਹ ਫਟਿਆ ਪਿਆ ਆਪੋ ਵਿੱਚ ਹੀ ਆਪੋ ਤਪ ਤਪਈ ਹੋਈ ਹੈ ਉਹਨਾਂ ਦੇ ਵਿੱਚ ਉਹ ਉਹ ਸੋਚ ਉਸ ਪਾਸੇ ਹੈ ਹੀ ਨਹੀਂ ਉਹ ਜਿਹੜੀ ਅਸਲ ਰੂਲਿੰਗ ਪਾਰਟੀ ਐਬਸੋਲਿਊਟਲੀ ਮжоਰੀਟੀ ਹੈ ਦੇ ਡੋਟ ਕੇਅਰ ਫॉर देम ਮਾੜੀ ਮੋੜ ਜੇ ਮੈਂ ਸਟੇਟਮੈਂਟ ਦੇਤੀ ਚਾਹੇ ਆਪ ਨੇ ਪ੍ਰੈਜ਼ੀਡੈਂਟ ਹੀ ਦੇਤੀ ਜਾਂ ਕਾਲੇ ਨੇ ਦੇਤੀ ਪਰ ਇੱਕੋ ਜੀ ਗੱਲ ਹੈ ਉਹ ਤੇ ਫੈਕਟ ਨਹੀਂ ਕਰਦੀ ਹੈ ਜਦੋਂ ਹਰਿੰਦਰ ਸਿੰਘ ਫੂਲਕਾ ਐਲੋਪੀ ਬਣੇ ਸਨ ਵਿਰੋਧੀ ਧਿਰ ਦੇ ਨੇਤਾ ਬਣੇ ਸਨ ਤੁਸੀਂ ਉਸ ਵੇਲੇ ਵੀ ਕਿਹਾ ਸੀ ਕਿ ਫੈਸਲਾ ਛਲਾਗਾ ਜੋਗੇ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੂੰ ਬਣਾਇਆ ਗਿਆ ਤੁਸੀਂ ਉਸ ਵੇਲੇ ਵੀ ਦਾਅਦ ਦਿੱਤੀ ਕਿ ਇਹ ਵੀ ਚੰਗਾ ਕੰਮ ਕੀਤਾ ਹਰਪਾਲ ਸਿੰਘ ਚੀਮਾ ਨੂੰ ਬਣਾਇਆ ਗਿਆ ਤੁਸੀਂ ਉਹਨਾਂ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਕਿ ਤੁਹਾਨੂੰ ਲੱਗਦਾ ਕਿ ਉਹ ਇਸ ਸੌਦੇ ਤੇ ਜੋ ਦੇਖੋ ਇਹਨਾਂ ਦੋਹਾਂ ਨੂੰ ਮੈਂ ਜਾਣਦਾ ਸੀ ਜੀ ਜਿੱਥੋਂ ਤੱਕ ਫੂਲ ਕੇ ਦਾ ਸਵਾਲ ਹੈ ਜੀ ਮੈਂ ਸਮਝਦਾ ਉਹਨੇ ਇੱਕ ਸੰਲੋਭੇ ਲੈਕਡਾਊਨ ਕੀਤਾ ਆਪਣੀ ਕੰਸਟੀਟਿਊਸ਼ਨ ਨੂੰ ਮੇਰੇ ਸਾਹਮਣੇ ਉਹ ਫੈਸਲਾ ਸਭ ਤੋਂ ਗਲਤ ਸੀ ਉਹਦਾ ਨਹੀਂ ਨਹੀਂ ਕਰਨਾ ਚਾਹੀਦਾ ਸੀ ਲੋਕਾਂ ਨੂੰ ਚੁਣ ਕੇ ਭੇਜਿਆ ਸੀ ਉਹਨੂੰ ਉਹਦੇ ਉਹੋ ਹੀ ਫੈਸਲਾ ਕਰਕੇ ਮੁੜ ਕੇ ਜਿਹੜਾ ਆਪ ਕਿਤੇ ਲੱਭਾ ਨਹੀਂ ਇਹ ਜਿੱਥੇ ਕਿ ਐਨਿਮੀਟੀ ਲੱਗਦਾ ਪਰ ਇਸ ਉਹ ਉਹ ਜਿਸ ਜਿਹਨੇ ਆਪ ਮਾਰਿਆ ਤੇ ਜਿੱਤੋ ਖੈਰ ਸਵਾਲ ਹੈ ਖੈਰ ਨੂੰ ਮੈਂ ਜਾਣਦਾ ਆਈ نو ਹਿ ਇੰਟੈਲੀਜੈਂਟ ਬੰਦਾ ਧਰਲੇਦਾਰ ਬੰਦਾ ਲੇਕਿਨ ਅੰਬੀਸ਼ਸ ਹੈ ਜ਼ਿਆਦਾ ਅੰਬੀਸ਼ਸ ਹੈ ਥੋੜਾ ਜਿਹਾ ਭੁੱਖਾ ਹਾਂ ਅੰਬੀਸ਼ਸ ਚੱਲੋ ਤੇ ਇੱਕ ਇੱਕ ਮਤਲਬ ਮਤਲਬ ਟੌਪ ਤੇ ਜਾਣਾ ਚਾਹੁੰਦਾ ਔਰ ਉਹਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਨਾਲ ਲੈ ਕੇ ਨਹੀਂ ਚੱਲ ਸਕਦਾ ਕਿਸੇ ਜਸਟ ਲਾਈਕ ਅ ਸਿੱਧੂ ਇਹ ਦੋਨੋਂ ਬੰਦੇ ਬੜੇ ਚੰਗੇ ਆ ਸਮਝਣਾ ਇਹਨਾਂ ਵਿੱਚ ਜਾਨ ਹੈ ਬੋਲ ਸਕਦੇ ਆ ਉਹਨਾਂ ਨੂੰ ਮਸਲਿਆਂ ਦਾ ਪਤਾ ਲੇਕਿਨ ਇਹਦੇ ਲੀਡਰ ਜਿਹੜਾ ਨਾਲ ਲੈ ਕੇ ਨਹੀਂ ਚੱਲ ਸਕਦੇ ਦਿਸ ਇਜ਼ ਦੀ ਪ੍ਰੋਬਲਮ ਮੈਂ ਉਹਦੀ ਸ਼ਲਾਘਾ ਕੀਤੀ ਸੀ ਕਿਉਂਕਿ ਮੈਂ ਇਸ ਬੰਦੇ ਨੂੰ ਬਹੁਤ ਪੁਰਾਣਾ ਜਾਣਦਾ ਹਾਂ ਅੱਜ ਦੀ ਮੇਰੇ ਤੇ ਦੇ ਪਿਓ ਨਾਲ ਵੀ ਦੋਸਤੀ ਸੀ ਜੀ ਸਰ ਸੁਖਜਿੰਦਰ ਕੀ ਨਾਂ ਚੱਲਦਾ ਆਪਣਾ ਉਦੋਂ ਐਗਰੀਕਲਚਰ ਮਿਨਿਸਟਰ ਸੀਗੇ ਜੀ ਮੈਂ ਵਾਈਸ਼ਾਂਸਰ ਸੀ ਵੀ ਆ ਰਨ ਵੈਰੀ ਗੁੱਡ ਵੇਵ ਲੈਂਥ ਸਰ ਜੀ ਕਿਉਂਕਿ ਉਹ ਬੰਦਾ ਬੜਾ ਪਰਪਸ ਮਾਈਂਡਡ ਸੀਗਾ ਇਹ ਨੂੰ ਮੈਂ ਉਹਦਾ ਜਾਣਦਾ ਇਹਦੇ ਇਹਦੇ ਵਿੱਚ ਬੜੀ ਜਾਨ ਹੈ ਇਸ ਬੰਦੇ ਦੇ ਵਿੱਚ ਲੇਕਿਨ ਉਹਨ ਬਦਲ ਦੇ ਨਾਲ ਸਾਰਾ ਆਪ ਜਿਹੜਾ ਉਹ ਟੁੱਟ ਗਿਆ ਜੀ ਕੀ ਮੈਨੂੰ ਮੈਨ ਨਹੀਂ ਜਾਣਦਾ ਓਨੈਸਟੀ ਸਪੀਕਿੰਗ ਕਿਉਂਕਿ ਮੈਂ ਉਹਨੂੰ ਕੋ ਇੰਟਰੈਕਟ ਨਹੀਂ ਕੀਤਾ ਮੈਂ ਇਹਨੂੰ ਜਾਣਦਾ ਨਹੀਂ ਕਿਤੇ ਕਿਤੇ ਦਾ ਬਿਆਨ ਜ਼ਰੂਰ ਪੜ ਲੈਣਾ ਮੂਮਲ ਜਿਹਾ ਬਿਆਨ ਹੁੰਦਾ ਕੋਈ ਜਾਣ ਤੋਂ ਵਿੱਚ ਹੁੰਦੀ ਨਹੀਂ ਕੋਈ ਉਸ ਬਿਆਨ ਦੇ ਵਿੱਚ ਤੁਹਾਨੂੰ ਲੱਗਦਾ ਕਿ ਹਰਪਾਲ ਸਿੰਘ ਚੀਮਾ ਜਿਹੜੇ ਨੇ ਉਹ ਵਿਰੋਧੀ ਧਿਰ ਤੇ ਨੇਤਾ ਬਣਨ ਦੇ ਯੋਗ ਨੇ ਜਾਂ ਫਿਰ ਉਹਨਾਂ ਨੂੰ ਯੋਗਤਾ ਦੇ ਆਧਾਰ ਤੇ ਇਹ ਉਤਾ ਦਿੱਤਾ ਗਿਆ ਹੈ ਕੌਣ ਹੋਰ ਸਵਾਲ ਤੇ ਸਵਾਲ ਤੇ ਹੈ ਕੌਣ ਹੋਰ ਦੇਖੋ ਕੁਰਸੀ ਬਹੁਤ ਕੋਸ ਹੋਣੀ ਹੁੰਦੀ ਹੈ ਜੀ ਦੋ ਚੀਜ਼ਾਂ ਨਹੀਂ ਇਹਦੇ ਯਾਦ ਰੱਖੋ ਜ਼ਿੰਦਗੀ 'ਚ ਕੁਝ ਬੰਦੇ ਨੇ ਜਿਹਨਾਂ ਨੂੰ ਕੁਰਸੀ ਜਿਹੜੀ ਉਹ ਓਨਰ ਦਿੰਦੀ ਹੈ ਕੁਝ ਬੰਦੇ ਉਹ ਹੁੰਦੇ ਆ ਜਿਹੜੇ ਕੁਰਸੀ ਨੂੰ ਓਨਰ ਪ੍ਰੋਵਾਈਡ ਕਰਦੇ ਆ ਹੂੰ ਲੀਡਰ ਉਹ ਹੁੰਦਾ ਕਿ ਜਿਸ ਕੁਰਸੀ ਤੇ ਉਹ ਬੈਠਾ ਹੋਵੇ ਉਹਨੂੰ ਉਹਦੀ ਉਹਦੀ ਜਿਹੜੀ ਹੈ ਸ਼ਾਨ ਉੱਚੀ ਕਰੇ ਉਹਨੂੰ ਓਨਰ ਪ੍ਰੋਵਾਈਡ ਕਰੇ ਜੀ ਲੀਡਰ ਹੋ ਨਹੀਂ ਹੁੰਦਾ ਇੱਕ ਵਾਰੀ ਕੁਰਸੀ ਤੋਂ ਉੱਤਰ ਗਿਆ ਤਾਂ ਖਤਮ ਹੋ ਗਿਆ ਸਮਝਣਾ ਕਿਸੇ ਵੀ ਏਰੀਆ ਤੇ ਮੈਂ ਪੋਲਿਟਿਕਸ ਦੀ ਗੱਲ ਨਹੀਂ ਕਰਦਾ ਇਕੱਲੀ ਚਾਹੇ ਬਿਜ਼ਨਸ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਕੋਈ ਹੈਲਥ ਹੈ ਕਿਤੇ ਵੀ ਜੀ ਲੀਡਰ ਦੀ ਬੇਸਿਕ ਕੁਆਲਿਟੀ ਹੁੰਦੀ ਹੈ ਆਈ ਡੋਨਟ ਥਿੰਕ ਕਿ ਆਪ ਦੇ ਵਿੱਚ ਕੋਈ ਐਸਾ ਬੰਦਾ ਹੈ ਇਸ ਵੇਲੇ ਜਿਹੜਾ ਕਿ ਇਹ ਆਨਰ ਪ੍ਰੋਵਾਈਡ ਕਰ ਸਕੇ ਕੁਰਸੀ ਵਨ 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 ਮੈਨ ਆਰਮੀ ਮੰਨਦੇ ਹੋ ਆਮ ਆਦਮੀ ਪਾਰਟੀ ਨੂੰ ਇਸ ਵੇਲੇ ਪੰਜਾਬ ਚ ਕਿ ਭਗਵੰਤ ਮਾਨ ਹੀ ਸਭ ਕੁਝ ਹੈ ਇਸ ਵੇਲੇ ਪੂਰੇ ਪੰਜਾਬ ਦੇਖੋ ਭਗਵੰਤ ਮਾਨ ਦੇ ਵਿੱਚ ਸਿਫਤਾਂ ਵੀ ਹੈਗੀਆਂ ਔਰ ਮੈਨੂੰ ਪਤਾ ਨਹੀਂ ਕਿ ਐਜ਼ ਅ ਲੀਡਰ ਉਹ ਕਿੱਥੇ ਕੀ ਕਰਾ ਲੇਕਿਨ ਭਗਵੰਤ ਮਾਨ ਦੇ ਜਗ ਇੱਕੇ ਬੋਲਦਾ ਫੈਕਟਸ ਤੇ ਭਗਵੰਤ ਮਾਨ ਕੁਕੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਕਿਉਂਕਿ ਪੀਪੀਪੀ ਦੇ ਵਿੱਚ ਅਸੀਂ ਕੱਚੇ ਸੀਗੇ ਪਰ ਅੰਬੀਸ਼ਨ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਹੈ ਸਮਝਿਆ ਨਾ ਫੈਕਸੇ ਬੋਲਦਾ ਔਰ ਟ੍ਰੀ ਲੀਡਰ ਬੋਲਦਾ ਕੈਰੀਅਰ ਲੋਕਾਂ ਨਾਲ ਜਾਣ ਵਾਲਾ ਸਭ ਕੁਝ ਸਪੱਸ਼ਟ ਹੈ ਜੀ ਲੇਕਿਨ ਸਵਾਲ ਤੇ ਇਹ ਹੈ ਕਿ ਕੀ ਇਹ ਇਹ ਐਜ਼ ਅ ਲੀਡਰ ਲਿਜਾ ਸਕਦਾ ਨਾਲ कि एज okay. ए hmm. सी एम इलेक्शन जितनी पावर च आना डिफरेंट चीज़ है लेकिन पावर ना जोड़ा डिफरेंट चीज़ है इट्स वेरी सेंग कि गवर्नेंस शुड बी दी हैंड्स ऑफ द वाइज नॉट ऑफ द हीरोज एक्सेप्टेड प्रिंसिपल है पॉलिटिक्स का कि गवर्नेंस शुड बी इन हैंड्स ऑफ द वाइज नॉट ऑफ हीरोज़ क्या वारे जमाने चलचर बन गया अं Mm -hmm. लेकिन वार खत्म हो गई उन्हें बल दिता ही वॉज वार लीडर हीरोज नॉट ए पीस टाइम चीफ मिनिस्टर प्राइम मिनिस्टर इस कंपनिया का देखोगे कि हम जब आप करोना वायरस आई है इन्हें हलचल बनाई है यू विल सी के सक्सैसफुल लीडर डिफरेंट होगा दैन ऑडिन सो भाई ताकत लेनी ਜਿੱਤ ਲੈਣਾ ਕੁਰਸੀ ਤੇ ਬਹਿ ਜਾਣਾ ਲੇਕਿਨ ਨਿਭਾਉਣ ਵਾਸਤੇ ਜਿਹੜਾ ਉਹ ਡਿਫਰੈਂਟ ਕਰੈਕਟਰ ਚਾਹੀਦਾ ਹੁੰਦਾ ਸੋ ਪ੍ਰਿੰਸੀਪਲ ਸਿੰਪਲ ਹੈ ਕਿ ਗਵਰਨਸ ਸ਼ੁੱਡ ਬੀ ਬਾਈ ਦੀ ਵਾਈਸ ਨਾਟ ਆਫ ਦੀ ਹੀਰੋਸ ਇਹ ਹੀਰੋ ਨੇ ਸਾਰੇ ਜਿਹੜੇ ਲੋਕਾਂ ਨੂੰ ਲਿਆ ਕੇ ਸਕਦੇ ਤਰਲੇਦਾਰ ਕਰ ਸਕਦੇ ਕਰ ਸਕਦੇ ਆ ਬਟ ਉੱਥੇ ਜਿਹੜੀ ਯਾਰ ਵਿਜ਼ਡਮ ਦੀ ਲੋੜ ਹੈ ਔਰ ਉਹ ਵਿਜ਼ਡਮ ਦੋ ਤਰੀਕਿਆਂ ਦੀ ਹੁੰਦੀ ਹੈ ਜੀ ਇਕ ਤਵੰਦੀ ਦਾ ਬੰਦਾ ਆਪ ਵਾਈਸ ਹੋਵੇ ਹਮ ਲੇਕਿਨ ਉਹ ਵੀ ਐਨਾਫ ਨਹੀਂ ਉਹਦੇ ਨਾਲ ਜਿਹੜੀ ਟੀਮ ਹੈ ਉਹ ਵਾਈਸ ਹੋਵੇ ਮੈਨ ਇਸ ਨੋਨ ਬਾਈ ਦੀ ਕੰਪਨੀ ਕੀਪਸ ਕੀ ਕੋਈ ਵੀ ਜਿਹੜਾ ਚੀਫ ਮਿਨਿਸਟਰ ਹੈ ਜਾਂ ਪ੍ਰੀਮ ਮਿਨਿਸਟਰ ਉਹਦੀ ਜਿਹੜੀ ਉਹਦੀ ਕੈਬਨਟ ਜਿਹੜੀ ਜਿਹੜਾ ਐਡਵਾਈਜ਼ਰ ਨੇ ਉਹ ਕੀ ਨੇ ਜੀ ਅਗਰ ਉੱਥੇ ਵਿਜ਼ਡਮ ਹੈ ਰੋਥੇ ਜਿਹੜਾ ਲੀਡਰ ਹੈ ਹੀ ਰੈਡੀ ਟੂ ਲਿਸਨ ਹਮ ਐਨੈਕਟ ਫਿਰ ਕਾਮਯਾਬ ਹੋ ਜਾਏਗਾ ਜੇ ਮੈਂ ਤਾਂ ਮੈਂ ਤੇ ਮੈਂ ਤੇ ਮੈਂ ਹੀ ਆ ਤੇ ਕੰਮ ਖਤਮ ਹੋ ਜਾ ਹਮ ਸਮਝਿਆ ਸੋ ਮੈਂ ਇਹਨਾਂ ਨੂੰ ਆਈ ਹੈਵ ਆਈ ਹੈਵ ਅਪਰੀਸ਼ੀਏਸ਼ਨ ਬੜੀ ਹਾਈ ਅਪਰੀਸ਼ੀਏਸ਼ਨ ਬਹੁਤ ਅਦਲਾ ਲੀਡਰ ਨੇ ਮਾਨ ਬੀ ਆ ਖੈਰਾ ਬੀ ਆ ਸਿੱਧੂ ਬੀ ਆ ਪਰ ਸਵਾਲ ਤਾਂ ਕੀ ਇਹ ਲੀਡ ਕਰ ਸਕਦੇ ਆ ਇਹਦਾ ਲੋਕ ਤੁਹਾਨੂੰ ਲੱਗਦਾ ਹੈ ਕਿ ਪੰਜਾਬ 'ਚ ਫਿਰ ਮਲਟੀਪਲ ਹੀਰੋ ਵਾਲੀ ਫਿਲਮ ਕੋਈ ਬਣ ਸਕਦੀ ਹੈ ਜਾਨੀ ਕਿ ਕੋਈ ਤੀਜੀ ਧੇਰੇ ਉਹ ਜੀ ਬਣ ਸਕਦੀ ਹੈ ਕਿ ਜਿਹੜੇ ਹੀਰੋ ਤੁਸੀਂ ਦੱਸੇ ਨੇ ਇਕੱਠੇ ਹੋ ਜਾਣ ਕਿਸੇ ਫਿਲਮ 'ਚ ਇਹ ਇਕੱਠੇ ਨਹੀਂ ਹੋ ਸਕਦਾ ਇੱਕ ਵਾਰ ਤੁਮ ਲੈ ਕੇ ਰਹਿਣਾ ਇਹਨਾਂ ਤਿੰਨਾਂ ਦੇ ਵਿੱਚੋਂ ਇਹ ਵੀ ਨਾਲ ਬੈਂਸ ਬ੍ਰਦਰ ਵੀ ਆ ਜੀ ਇਹਨਾਂ ਚੋਂ ਇਹਨਾਂ ਇਹ ਜਿਹੜੇ ਥਰ ਇੰਡੀਪੈਂਡੈਂਟ ਐਨੇ ਆ ਕਿ ਇਹਨਾਂ ਚੋਂ ਕੋਈ ਵੀ ਸਬਾਰਡੀਨੇਸ਼ਨ ਨਹੀਂ ਮੰਨੇਗਾ ਹਮ ਸਮਝਿਆ ਨਾ ये सब तो बड़ी प्रॉब्लम मैं सवाल चारे सारे कट्ठे हो जान। और ए, एज जा फॉलोअर्स कम करना चाहन लीडर चुन के फिर तो काम ही हो जू पर किसी नहीं करना आया प्रॉब्लम मेरी ससभा में भी रौक ਐਡਵਾਈਜ਼ਰਸ ਦੀ ਤੁਸੀਂ ਗੱਲ ਕੀਤੀ ਸੀ ਇਸ ਵੇਲੇ ਜਿਹੜੇ ਸਾਡੇ ਮੁੱਖ ਮੰਤਰੀ ਦੇ ਸਲਾਹਕਾਰ ਨੇ ਉਹਨਾਂ ਨੂੰ ਲੈ ਕੇ ਵੀ ਬੜੇ ਸਵਾਲ ਉੱਠ ਰਹੇ ਨੇ ਪਿਛਲੇ ਦਿਨੀ ਤਾਂ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਵੀ ਮੰਤਰੀ ਮੰਡਲ ਦੀ ਜਿਹੜੀ ਬੈਠਕ ਸੀ ਉਹਦੇ ਚੋਂ ਉੱਠ ਕੇ ਬਾਹਰ ਹੋਣਾ ਪਿਆ ਇਸ ਵੇਲੇ ਜਿਹੜੀ ਮੁੱਖ ਮੰਤਰੀ ਦੇ ਆਲੇ ਦੁਆਲੇ ਸਲਾਹਕਾਰਾਂ ਦੀ ਫੌਜ ਏ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਦੇਖੋ ਫੇਵਰਟਿਜ਼ਮ ਕੀਤੀ ਹੋਈ ਏ ਕੋ ਸਲਾਹਕਾਰ ਨਹੀਂ ਹੈ ਜੀ ਨੇੜੇ ਹੈਗੇ ਆ ਫੌਜੀ ਆ ਥੋੜੇ ਕਰਦੇ ਉਹਨੂੰ ਉਹਨੂੰ ਸਲਾਹਕਾਰ ਬਣਾ ਲਿਆ ਕੀ ਸਲਾਹ ਦਿੰਦੇ ਆ ਉਹ ਸੁਣਦਾ ਨਾਲ ਹੀ ਕਿਸੇ ਦੀ ਸਵਾਲ ਤਾਂ ਇਹ ਕਿ ਕਿੰਨਾ ਕੁ ਕੰਕਸੈਸ ਹੈ ਉਹਨਾਂ ਨੇ ਕਿੰਨੇ ਕ ਨੂੰ ਕੀ ਐਡਵਾਈਜ਼ਰ ਅੱਜ ਤੱਕ ਕੋਈ ਦੱਸ ਸਕਦੇ ਬਿਹਾ ਐਡਵਾਈਜ਼ ਦਿੱਤੀ ਉਹਦੇ ਤੇ ਕੰਮ ਕੀਤਾ ਹੂੰ ਥੀਸ ਈਜ਼ ਐਡਵਾਈਜ਼ਰਸ ਆ ਥਿਸ ਹੈਜ਼ ਡਨ ਦੇ ਹੈਵ ਬੀਨ ਫੇਵਰਡ ਉਹ ਤਾਂ ਕੋ ਫੇਵਰ ਕੀਤੀ ਗਈ ਹੈ ਉਹਨਾਂ ਨੂੰ ਜੀ ਕੋਈ ਐਸੀ ਐਡਵਾਈਜ਼ਰ ਦੀ ਚੀਜ਼ ਤਾਂ ਮੈਨੂੰ ਕੋਈ ਦਿਸਦੀ ਨਹੀਂ ਕਿ ਉਹਨਾਂ ਵਿੱਚ ਕੀ ਕੀ ਸਪੈਸ਼ਲਿਟੀ ਹੈ ਕੋਈ ਉਹਦੇ ਵਿੱਚ ਇਕਨੋਮਿਸਟ ਹੈ ਕੋਈ ਵਿੱਚ ਇੰਡਸਟਰੀਲਿਸਟ ਹੈ ਕੋਈ ਉਹਦੇ ਵਿੱਚ ਕੋਈ ਵਕੀਲ ਹੈ ਕੋਈ ਵਿਚੋੜਾ ਕਿ ਜਿਹਨੇ ਜਿਹਨੇ ਕੋਈ ਹੈਲਥ ਦਾ ਹੈ ਇਸ ਸਾਰਾ ਐਡਵਾਈਜ਼ਰ ਤਾਂ ਉਹ ਨੇ ਆਪਣਾ ਆਪਣੇ ਸਬਜੈਕਟ ਸੋਣ ਜਿਹੜੇ ਐਡਵਾਈਜ਼ਰ ਹੁੰਦੇ ਕਿ ਫੌਜ ਚ ਭਰਤੀ ਹੋ ਗਿਆ ਤਾਂ ਐਡਵਾਈਜ਼ਰ ਬਣ ਗਿਆ ਸਮਝਣਾ ਇਹਨਾਂ ਉਹ ਤਾਂ ਇਹ ਫੇਵਰਟਿਜ਼ਮ ਕੀਤੀ ਹੋਈ ਆ ਉਹਨਾਂ ਨੂੰ ਫੇਵਰ ਕੀਤੀ ਹੋਈ ਆ ਕੋਈ ਐਡਵਾਈਜ਼ ਵਾਲੀ ਕੋਈ ਗੱਲ ਨਹੀਂ ਮੈਨੂੰ ਸਮਝ ਆ ਇਸ ਵੇਲੇ ਜੋਲ ਸਾਹਿਬ ਪੰਜਾਬ ਦੇ ਵਿੱਚ ਜਿਹੜਾ ਸ਼ਰਾਬ ਦੇ ਠੇਕਿਆਂ ਤੋਂ ਰੈਵਨਿਊ ਇਕੱਠਾ ਹੁੰਦਾ ਹੈ ਉਸ ਮਸਲੇ ਦੇ ਉੱਤੇ ਬਹੁਤ ਬੋੜਬਾਲਾ ਹੋ ਰਿਹਾ ਹੈ ਮੈਕਮਾ ਜਿਹੜਾ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਏ ਹੁਣ ਲੋਕ ਆਖ ਰਹੇ ਨੇ ਕਿ ਜਿਸ ਮੈਕਮੇ ਦੇ ਜਿਹੜੀ ਲੀਡਰਸ਼ਿਪ ਏ ਉਹ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਏ ਉਸੇ ਹੀ ਮੈਕਮੇ ਦੇ ਵਿੱਚ ਹਜ਼ਾਰਾਂ ਕਰੋੜ ਦਾ ਘਾਟਾ ਹਰ ਸਾਲ ਪੈ ਜਵੇ ਤਾਂ ਫਿਰ ਜ਼ਿੰਮੇਵਾਰ ਕਿਹਨੂੰ ਮੰਨਿਆ ਜਾਵੇ ਦੇਖੋ ਜੀ ਇਹ ਜਿਹੜੀ ਸ਼ਰਾਬ ਜਾਂ ਐਕਸਾਈਜ਼ ਵਾਲੀ ਗੱਲ ਨਹੀਂ ਹੈ ਇਹਦੇ ਮਾਫੀ ਇਸ ਜੀ ਇੱਥੇ ਸ਼ਰਾਬ ਦਾ mafia ਰੇਤਾ ਬਜਰੀ ਦਾ mafia ਟਰਾਂਸਪੋਰਟ ਦਾ ਮਾਫੀਆ ਮਾਫ ਕਰਨਾ ਇਲੈਕਟ੍ਰੋਨਿਕ মিডিਆ ਦਾ ਮਾਫੀਆ ਇੱਥੇ ਮਾਫੀ ਸਾਡੇ ਇਹ ਇੱਕ ਤੁਸੀਂ ਰੱਖੋ ਆਪਣੇ ਮਨ ਚ ਵਸਾ ਲਓ ਕਿ ਵੀ ਆਰ ਨਾਟ ਰੂਲਡ ਬਾਈ ਦੀ ਪੋਲੀਟੀਕਲ ਪਾਰਟੀਆਂ ਅਸੀਂ ਪੋਲੀਟੀਕਲ ਪਾਰਟੀਆਂ ਰੂਲ ਨਹੀਂ ਕਰਾ ਸਾਡੇ ਤੇ ਰੂਲ ਮਾਫੀਆ ਕਰ ਰਹੇ ਨੇ ਔਰ ਮਾਫੀਆ ਵਾਲੇ ਉੱਥੇ ਬੈਠੇ ਨੇ ਡਿਸੀਜਨ ਮੇਕਰਸ ਸਮਝਿਆ ਇਹ ਤਾਂ ਜਿਹੜਾ ਜਿਹੜਾ ਸਾਰੇ ਰਿਸੋਰਸ ਨੇ ਪੰਜਾਬ ਦੇ ਉਤੇ ਮਾਫੀਆ ਕਰ ਰਿਹਾ ਤੁਸੀਂ ਮੈਂ ਟਰਾਂਸਪੋਰਟ ਦੀ ਗੱਲ ਕਰਦਾ ਕਿੱਦਿ ਪ੍ਰਾਣੀ ਗੱਲ ਐ ਇਹ 2000 3 4 ਦੀ ਗੱਲ ਐ ਜਦੋਂ ਮੈਂ ਉੱਥੇ ਸੀਗਾ ਪੈਸੇ ਮੋਗਿਆ ਜੀ ਮੈਂ ਉਸ ਵੇਲੇ ਸਿਰਫ ਇੱਕ ਕੰਮ ਕੀਤਾ ਸੀ ਇਹ ਦੇਖਿਆ ਸੀ ਕਿ ਜਿਹੜੀ ਜਿਹੜੇ ਇੱਕ ਇੱਕ ਪਰਬਣ ਦੇ ਮਗਰ 9 9 10 10 ਬਸਾਂ ਚੱਲਦੀਆਂ ਔਰ ਉਸ ਵੇਲੇ ਜਿਹੜਾ ਟੈਕਸੀ ਉਹ ਕੀ ਸੀ 6 ਪੈਸੇ ਪਰ ਪਰਸੈਂਜਰ ਪਰ ਕਿਲੋਮੀਟਰ ਹੁਣ ਕਿੰਨਾ ਰੁਪਏ ਦਿੱਤੇ ਗਿਆ ਹੂੰ ਉਦੋਂ ਮੈਂ ਉਹਨੂੰ ਪਲੱਗ ਕਰਤਾ ਹ ਜੇ ਸ਼ਰਜੀ ਮਨੀ ਤੇ ਕਿਸੇ ਹੈ ਨਹੀਂ ਕਿ ਉਹ ਕਿ ਤਾਪ ਟ੍ਰਾਂਸਪੋਰਟ ਇਹ ਨਹੀਂ ਦਿਆ ਜੀ ਇਹ ਤਾਂ ਮੀਟਿੰਗ ਹੀ ਨਹੀਂ ਕਰਦੇ ਹੂੰ ਮੈਂ ਕਿਹਾ ਸੀਗਾ ਕਿ ਤੁਸੀਂ ਜਿਹੜੀ ਵੀ ਰੂਟ ਜਾਂਦੀ ਹੈ ਮਿਸਾਲ ਕਰ ਲੋ ਅਮਰਸਰੋਂ ਪਟਿਆਲੇ ਗਈ ਹੈ 11 ਵਜੇ ਟਾਈਮ ਹੈ ਮੈਂ ਕਿਹਾ ਸਿਕਿਉਰਿਟੀ ਪ੍ਰਿੰਟਿੰਗ ਦੀ ਇੱਕ ਤਕਨੀ ਪਟਿਆਲਾ ਲੋ ਉੱਤੇ ਲਿਖਿਆ ਹੋਵੇ ਅਮਰਸਰ ਤੋਂ ਪਟਿਆਲਾ ਸਵੇਰੇ 11 ਵਜੇ ਜੇ 11 ਵਜੇ ਕੇ 5 ਮਿੰਟ ਦੂਜੀ ਬਾਸ ਜਾਣੀ ਹੈ ਤਾਂ ਉਤੇ 11:05 ਵਜੇ ਪੀਚਣ ਦਿਖਾਵੇ ਤੁਸੀਂ ਇਹ ਕੰਮ ਕਰ ਦਿਓ ਔਰ ਟੈਕਸ ਅਗਵਾਈ ਪੂਰੀ ਕਰ ਲਓ 2556 ਕਰੋੜ ਮੈਂ ਇੱਥੋਂ ਹੀ ਕੱਢ ਕੇ ਉਹਨਾਂ ਦੇਤਾ ਇਹ ਐਕਸਟਰਾ ਉਹਨਾਂ ਟਾਈਮਾਂ ਦੇ ਵਿੱਚ ਅੱਜ ਤੇ ਨਜ਼ਰ ਆ ਲੋ ਕਿ ਨਾ ਹੋਗਾ ਯਸ਼ਾ ਹਾਂ ਲੇਕਿਨ ਇਹਨੇ ਮੀਟਿੰਗ ਹੀ ਨਹੀਂ ਕੀਤੀ जब मीटिंग की थी कोई पढ़ के नहीं आया मैन पहले सवाल करता क्या डॉक्टर साहब नमा की है मैं क्या भी आपका सुब खा के तुम पढ़ के आए कोई पढ़ के नहीं आया ना चीफ मिनिस्टर पढ़ के आया ना फाइनेंस मिनिस्टर पढ़ के आया पच्ची पेज की रिपोर्ट सी सारी मीटिंग उठ गई केंद्र अगले हफ्ते करें गल पता ही नहीं पता मैनू क्योंकि ट्रांसपोर्टर तो आप है, है? उन्होंने मुड़ के मीटिंग ही नहीं की ਇਹ ਚੋਰੀ ਜਿਹੜੀ ਹੈ ਨਾ ਟੈਕਸ ਦੀ ਚਾਹੇ ਇਹ ਮਾਫੀਆਜ਼ ਨੇ ਇਹਨੂੰ ਅਰਕਾਰ ਦਾ 50 ਹਜ਼ਾਰ ਕਰੋੜ ਰੁਪਇਆ ਆਰਾਮ ਨਾਲ ਸਟੇਟ ਸਟੇਟ ਦਾ ਐਕਚੁਅਲ ਪੈਸਾ ਦਾ ਜਿਹੜਾ ਵਿਚ ਇਸ ਗੋਇੰਗ ਟੂ ਦੀ ਪ੍ਰਾਈਵੇਟ ਹੈਂਡਸ ਆਹ ਇ ਸਿਚੁਏਸ਼ਨ ਸਰ ਦੋਸੀ ਬਣਦੇ ਹੋ ਕਿ ਚਾਹੇ ਉਹ ਸ਼ਰਾਬ ਦੇ ਠੇਕੇ ਨੇ ਜਾਂ ਫਿਰ ਟਰਾਂਸਪੋਰਟ ਹੈ ਜਾਂ ਫਿਰ ਰੇਤੇ ਦੀਆਂ ਖੱਡਾਂ ਨੇ ਉਹਦੇ ਚ ਜਿਹੜੀ ਸਾਡੇ ਰਾਜਨੀਤਿਕ ਲੋਕ ਨੇ ਇਹਨਾਂ ਦੀ ਸ਼ਮੂਲੀਅਤ ਹੀ ਵਜਾ ਬਣ ਰਹੀ ਹੈ ਬਿਲਕੁਲ ਬਿਲਕੁਲ 100% 100% 100% ਹੰਦਰ ਪਰਸਨਾਂ ਦੀ ਸਮੁੰਨਿਤ ਦੇ ਵਿੱਚ ਇਹ ਪ੍ਰੋਬਲਮ ਤੇ ਇੱਥੇ ਹੀ ਪਈ ਦੀ ਸਾਰੀ ਕਿਉਂਕਿ ਉਹਨੂੰ ਰਟ ਇਸ ਕਰਕੇ ਉਹਨਾਂ ਨੇ ਕਿਹਾ ਪਾਲਿਸੀ ਬੇਕਰ ਆਪ ਇੰਟਰਸਟਡ ਹੈ ਜਿਆਦਾ ਉਹਦੇ ਵਿੱਚ ਤਾਂ ਪਾਲਿਸੀ ਕਿਤੇ ਚੇਂਜ ਕਰ ਲਊਗਾ ਆਈਪੀਟੀਓ ਬਾਰ ਬੈਠੇ ਉਹ ਜਿਹਨਾਂ ਭਾਈ ਫੈਸਲੇ ਕਰ ਰਹੇ ਆ ਉਹ ਆਪਣੇ ਹੱਕ ਨੂੰ ਕਿਉਂ ਮਾਰਨਗੇ ਸਵਾਲ ਤੇ ਮਾਫੀਆ ਰਾਜ ਨੂੰ ਖਤਮ ਕਰਨ ਦੇ ਲਈ ਕਾਂਗਰਸ ਸਰਕਾਰ ਸੱਤਾ ਚਾਹੀ ਸੀ ਇਹ ਵਾਦਾ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਕੀਤਾ ਸੀ ਸਾਢੇ 3 ਸਾਲ ਬੀਤ ਚੁੱਕੇ ਨੇ ਕਾਰਗੁਜ਼ਾਰੀ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਜੇ ਸਰਦਾਰਾ ਸਿੰਘ ਜੋਹਲ ਨੇ ਨੰਬਰ ਦੇਣੇ ਹੋਣ ਦਸਾਂ ਦੇ ਵਿੱਚੋਂ ਤੇ ਕੈਪਟਨ ਸਰਕਾਰ ਨੂੰ ਕਿੰਨੇ ਨੰਬਰ ਮਾਈਨਸ 1 ਮਾਈਨਸ ਦੇ ਵਿੱਚ ਦੋ ਮਾਈਨਸ 1 ਚ ਲੋਗਾ ਇਹ ਤਾਂ ਤਬਾਹ ਕਰਤਾ ਫੜ ਕੇ ਬੰਦੇ ਨੇ ਆਪਰੇ ਚੁੱਪ ਕਰਕੇ ਬੇਟਾ ਰਾਮ ਨਾਲ ਕੋਈ ਕੰਮ ਕੀਤਾ ਹੀ ਨਹੀਂ ਅਜੇ ਤੱਕ ਸੋ ਮੈਂ ਤਾਂ ਸਮਝਦਾ ਠੀਕ ਹੈ ਵਾਦੇ ਵਾਦਾ ਹੀ ਕਿਆ ਜੋ ਵਫਾ ਹੋ ਗਿਆ ਸਾਡੀ ਤਾਂ ਉਹ ਹਿਸਾਬ ਹੈ ਉਹ ਗੁਟਕੇ ਫੜ-ਫੜ ਕੇ ਵਹਦੇ ਕਿਥੋਂ ਆ ਪੈ ਕਿਥੇ ਜੇ ਉਹਦੀ ਵੈਲਿਊ ਹੀ ਨਹੀਂ ਕੋਈ ਉਹਨਾਂ ਕੋ ਤਾਂ ਫਿਰ ਕੀ ਮਤਲਬ ਕੀ ਆ ਆ ਨਸ਼ੇ ਦੇ ਸਾਡੇ ਅਸੀਂ ਲੱਗੇ ਆ ਵਿਚਾਰੇ ਉਹ 100 200 ਪਿੰਡਾਂ ਦੇ ਵਿੱਚ ਲੋਕ ਬੱਚੇ ਸਾਰੇ ਕੰਮ ਕਰ ਰਿਆ ਉਹ ਡਿਊਟੀ ਦੇਖਣੇ ਗੋਲੀ ਮਾਰ ਕੇ ਚਲੇਗਾ ਅਗਰੇ ਐਂ ਪੇਟ-ਪੇਟ ਭਰ ਗਿਆ ਭਾਈ ਇਹਨਾਂ ਨੂੰ ਇਹ ਡਿਊਟੀ ਕਰ ਰਿਆ ਡੀਸੀ ਦੇ ਕਹਿੰਦੇ ਕਰ ਰਿਆ ਪਿੰਡ ਦੀ ਪੰਚਾਇਤ ਤੇ ਮੁੰਡਾ ਕਰ ਰਿਆ ਮਰ ਗਿਆ ਉਹਨਾਂ ਨੂੰ ਰੋਕਦਾ ਜੇ ਬਾਕੀ ਲੋਕਾਂ ਪਰਦੇ ਉਹਨਾਂ ਦੇ ਕੋ ਬੋਲਦਾ ਹੀ ਨਹੀਂ ਹੂੰ ਸਵਾਲ ਤੇ ਆ ਨਾ ਜਦ ਨੀਅਤ ਹੀ ਨਹੀਂ ਹੈ ਕੰਮ ਕਰਨੀ ਤੇ ਫੇਕਦਾ ਹੋਊਗਾ ਸਾਡਾ ਮੁੰਡਾ ਤਾਂ ਕੰਮ ਕਰਦਾ ਸੀ ਇੱਥੇ ਤਲਵੰਡੀ ਸਾਬੋ ਦੇ ਵਿੱਚ ਜੀ ਨਸ਼ੇ ਦੇ ਅਗੇਂਸਟ ਸ਼ੀਸ਼ਾ ਜਦੋਂ ਭਗਸੇ ਨਸ਼ਾ ਬਰੋਦੀ ਕਮੇਟੀ ਦੇ ਵਿੱਚ ਉਹਦੀ ਟਰਾਂਸਫਰ ਕਰਤੀ ਸਵਾਲ ਤੇ ਇੱਥੇ ਪੈਦਾ ਹੁੰਦਾ ਕਿਤੇ ਜਿਹੜਾ ਕੰਮ ਕਰਦਾ ਜਿਹੜਾ ਵੀ ਇਹਨਾਂ ਦੇ ਇੰਟਰਸਟ ਦੇ ਬਰਕਰਾਰ ਜਾਂਦਾ ਉਹਨਾਂ ਕਾਨੂੰਨ ਨੇ ਇੱਥੇ ਤਾਂ ਉਹ ਉਹ ਡੀਸੀ ਉਹ ਡੀਐਸਪੀ ਉਹ ਐਸਪੀ ਕੰਮ ਕਰਦਾ ਹੈ ਜਿਸ ਵੇਰੇ ਉੱਠ ਕੇ ਆਪਣੇ ਐਮਐਲਏ ਨੂੰ ਸੱਸੀ ਕਾਲ ਜੀ ਕਵੇ ਪਹਿਲਾਂ ਇੱਕ ਆਡੀਓ ਵੀ ਵਾਇਰਲ ਹੋਈ ਕਾਂਗਰਸੀ ਵਿਧਾਇਕ ਦੀ ਉਹ ਐਸਐਚਓ ਨੂੰ ਕਹਿ ਰਹੇ ਨੇ ਕਿ ਤੂੰ ਮੈਨੂੰ ਸੱਸੀ ਕਾਲ ਨਹੀਂ ਬੁਲਾਈ ਸੱਸੀ ਕਾਲ ਮੈਂ ਆਹ ਗੱਲ ਹੈ ਇਹ ਮਤਲਬ ਆਈ ਆਈ ਥਿੰਕ ਦੇ ਆਰ ਮੈਂਟਲੀ ਸਿਕ ਪੀਪਲ ਹੂ ਹੈਵ ਕਮ ਟੂ ਥਿਸ ਪਾਵਰ ਇਹਨਾਂ ਦੀ ਤਾਂ ਸੋਚ ਹੀ ਬੜੀ ਹੈ ਟੈਡੇਰਾਂ ਦੇ ਕ੍ਰਪਸ਼ਨ ਨਾਲ ਭਰੇ ਹੋਇਆ ਦਿਮਾਗ ਇਹਦਾ غرੂਰ ਨਾਲ ਭਰੇ ਹੋਇਆ ਲੋਕ ਹਿਸਦੀ ਤਾਂ ਗੱਲ ਹੀ ਕੋਈ ਨਹੀਂ ਕਰਦੇ ਆ ਪ੍ਰੋਬਲਮ ਹੈ ਅੱਛਾ ਜੀ ਤੁਸੀਂ ਮੈਨੂੰ ਤੁਸੀਂ ਮੈਨੂੰ ਦੱਸੋ ਜੀ ਵੀ ਸਾਡੇ ਅ ਦਿਸੋ এবਲਡ ਪਰਸਨ ਨੇ ਵਿਧਵਾ ਮਾਂ ਨੇ ਬਜ਼ੁਰਗ ਨੇ ਉਹਨਾਂ ਵਾਸਤੇ 700 ਰੁਪਏ ਕਿਤਾ ਹੋਇਆ ਇਹਨਾਂ ਨੇ ਬੜਾ ਮੁਸ਼ਕਲ ਹੈ ਉਹ ਸਾਰੇ ਨੂੰ ਨਹੀਂ ਮਿਲਦਾ ਰਜਿਸਟਰੀ ਕਰਨਾ ਉਖਾ ਹੋਇਆ ਐਸ்சி ਬੀਸੀ ਦੇ ਬੱਚਿਆਂ ਦੀ ਫੀਸਾ ਨਹੀਂ ਮਿਲ ਰਹੀਆਂ ਹੈ ਆ ਜਿਹੜੇ ਪੀ ਐਚ ਡੀ ਕਰਕੇ ਬੈਠੇ ਹੋਣਗੇ ਕਹਿੰਦੇ 15 15 ਹਜ਼ਾਰ ਤੇ ਤੁਸੀਂ ਰੈਗੂਲਰ ਹੋ ਜਾਓ ਉਹ ਵੀ ਸਾਰੇ ਨੂੰ ਨਹੀਂ ਜੀ ਛੋਟਾ ਫਿਕਸਾਨ ਮਰ ਰਿਹਾ ਉਹਨੂੰ ਮਨਰੇਗਾ ਦੀ ਮਿਲ ਸਕਦੇ ਉਹ ਨਹੀਂ ਹੋ ਰਿਹਾ ਯੂ ਟੇਕ ਐਰੀ ਕੋਈ ਬਿਜ਼ਨਸ ਟ੍ਰੇਡਰ ਹੋ ਸਾਈਡ ਸੁਪਰ ਕਰ ਰਹੀ ਹੈ ਇੱਕ ਪਾਸੇ ਤੂੰ 700 ਰੁਪਏ ਨਹੀਂ ਦੇ ਰਿਹਾ ਤਾਰਨਾ ਬੈਲਾ ਤੂੰ 2.5 ਲੱਖ ਦਾ ਕੀਤਾ ਹੋਇਆ ਹੂੰ ਦੂਜੇ ਪਾਸੇ ਤੁਹਾਡੀਆਂ ਤਰਖਾਹਾਂ ਤੂੰ ਦੇਖੋ ਇਹਦਾ 2.5 ਲੱਖ ਤੱਕ ਕਰਨ ਲੱਗੇ ਇਸ ਤਰ੍ਹਾਂ ਪੰਜ ਪੰਜ 6 6ਆਂ ਦੀਆਂ ਆਦੀਆਂ ਆਪਣਾ ਪੈਨਸ਼ਨ ਆ ਜੀ ਇੱਕੀ ਕੀ ਜਸਟਿਸ ਹੈ ਤੇ ਲੁੱਟ ਤੇ ਦਿੱਦੇ ਵਾਲੇ ਲੁੱਟ ਡਾਕਾ ਮੈਨੂੰ ਪੁੱਛੋ ਤੇ ਜਿਹੜੇ ਪੰਜਾਬ ਦੇ ਸਟੇਟ ਦੇ ਰਿਸੋਰਸਸ ਦੇ ਉੱਤੇ ਕੀ ਇਹਨਾਂ ਨੂੰ ਅਸੈਸ ਕਰੋਗੇ ਤੁਸੀਂ ਇਹ ਤਾਂ ਭਾਈ ਆਜਾ ਪੜਨ 2 ਸਾਲ ਚੱਲ ਰਹੇ ਹਨਾ ਇਹ ਲੁੱਟ ਪੈਣੀ ਐ ਇੱਦੇ ਚ ਲੈਣੀ ਐ ਇਹ ਇਹਨੂੰ ਕੋਈ ਰੋਕ ਸਕਦਾ ਜਿੰਨਾ ਮਰਜ਼ੀ ਤੁਸੀਂ ਇੰਟਰਵਿਊ ਕਰ ਲਓ ਜਿੰਨੇ ਮਰਜ਼ੀ ਤੁਸੀਂ ਰੌਲੀ ਪਾ ਲਓ ਆਖਰੀ ਦੋ ਸਵਾਲ ਨੇ ਜੋਲ ਸਾਹਿਬ ਇੱਕ ਤਾਂ ਇਹ ਕਿ ਜੇਕਰ ਕਾਂਗਰਸ ਸਰਕਾਰ ਦੀ ਵੀ ਕਾਰਜਸ਼ਾਲੀ ਜਿਹੜੀ ਹੈ ਤੁਸੀਂ ਇਸ ਤਰੀਕੇ ਨਾਲ ਦੇਖ ਰਹੇ ਹੋ ਕਿ ਉਹ ਕੁਝ ਨਹੀਂ ਕਰਦੇ ਆਮ ਆਦਮੀ ਪਾਰਟੀ ਇਹ ਆਖਿਆ ਜਾ ਰਿਹਾ ਕਿ ਇਸ ਵੇਲੇ ਖੇਰੂ ਖੇਰੂ ਹੈ ਕਿ ਅਜੀਹਾ ਹੋ ਰਿਹਾ ਹੈ ਕਿ ਇੱਕ ਵਾਰ ਫਿਰ ਅਕਾਲੀ ਭਾਜਪਾ ਦੇ ਲਈ ਜ਼ਮੀਨ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਦੇਖੋ ਜੀ ਇਹ ਤਾਂ ਭਾਈ ਵਾਲੀ ਹੈਗੀ ਇਹਨਾਂ ਦੀ ਇਹਨਾਂ ਦੀ ਕੋਈ ਵੀ ਥਰਡ ਫਰੰਟ ਕੋਈ ਆਊਗਾ ਇਹ ਰੜਕੇ اپੋਜ਼ ਕਰ ਲੈਣਗੇ ਬੜੀ ਸਿੱਧੀ ਜੀ ਗੱਲ ਹੈ ਸਮਝਣਾ ਲੇਕਿਨ ਅਨਫਰਚਿਊਰਟ ਬਾਤ ਇਹ ਹੈ ਕਿ ਹਰ ਪਾਰਟੀ ਦੇ ਜੇ ਇਸ ਵੇਲੇ ਜਿਹੜਾ ਲੀਡਰਸ਼ਿਪ ਹੈ ਰਾਂ ਪੋਲੀਟੀਕਲ ਲੀਡਰਸ਼ਿਪ ਉਹ ਇਸ ਪੰਜਾਬ ਦੀਆਂ ਪ੍ਰੋਬਲਮਾਂ ਸੋਲਵ ਨਹੀਂ ਕਰ ਸਕਦੀ ਕਿਉਂਕਿ ਇਹ ਲੋਕ ਜਿਹੜੇ ਆ ਪੈਸੇ ਖਰਚ ਕੇ ਆਏ ਹੋਏ ਪੈਸੇ ਇਹ ਨਹੀਂ ਬਟੜੇ ਕਿਸੇ ਪਾਰਟੀ ਨਾਲ ਲੋ ਕਿੰਨਾ ਖਰਚ ਆਉਂਦਾ ਐ ਐਮਐਲਏ ਤੇ ਐਮਐਲਏ ਦਾ 20 ਲੱਖ ਤਾਂ ਅਲਾਉਡ ਹੀ ਹੈ ਕਰੋੜਾਂ ਖਰਚ ਕੀ ਆਉਂਦੇ ਕਿੱਥੋਂ ਪੂਰੇ ਕਰਨੇ ਆ ਇਸ ਪੰਜਾਬ ਨੂੰ ਤਾਂ ਲੋਕ ਇਦਾਂ ਬਚਾ ਸਕਦੇ ਆ ਕਿ ਸਰਵਿਸ ਵਾਲਾ ਪੀਪਲ ਬਣ ਜਾਵੇ ਜੇ ਗ੍ਰਿਆਰ ਇੱਕ ਕੰਸਟਿਚਿਊਐਂਟ ਇੱਕ ਆਦਮੀ ਇਮਾਨਦਾਰ ਨਹੀਂ ਲੱਭ ਸਕਦਾ ਜਿਹੜਾ ਇਹ ਕਵੇ ਮੈਂ ਕੋਈ ਤਰਖਾ ਨਹੀਂ ਲੈਣੀ ਮੈਂ ਕੋਈ ਪੈਨਸ਼ਨ ਨਹੀਂ ਲੈਣੀ ਮੈਂ ਸਿਰਫ ਸੇਵਾ ਲਈ ਆਉਣਾ ਆ ਉਹ ਲੋਕਾਂ ਦੀ ਸੇਵਾ ਕਰਨੀ ਆ ਸਾਨੂੰ ਇੱਕ ਆਦਮੀ ਨਹੀਂ ਲੱਭ ਸਕਦਾ ਜਿਸ ਨਾਲ 117 ਬੰਦੇ ਚ 100 ਹੀ ਬੰnaye ਹੋ ਜਿਹੜਾ ਪਵੇ ਤੇ ਪੰਜਾਬ ਵੱਜ ਜਾ ਤੁਹਾਨੂੰ ਲੱਗਦਾ ਵਾਈ ਐਮ ਐਲ ਵੀ ਸ਼ੁੱਡ ਹੈਵ ਅ ਬਿੰਦਰ ਐਮ ਐਲ ਨੂੰ ਕਿਉਂ ਤਰਖਾ ਮਿਲੇ ਵਾਟ ਫਾਰ ਐਮ ਐਲ ਨੂੰ ਪੈਨਸ਼ਨ ਵੀ ਮਿਲਦੀ ਹੈ ਪੰਜ ਸਾਲ ਮੈਂ ਤਾਂ ਤਰਖਾ ਨੂੰ ਕੋਸ਼ਿਸ਼ ਕਰ ਰਿਹਾ ਤੁਸੀਂ ਪਰੇਟੇ ਜਾ ਰਹੇ ਮੈਂ ਤਾਂ ਕਿ ਤਰਖਾ ਹੀ ਕਿਉਂ ਮਿਲੇ ਜਿੱਦੋਂ ਅਸੈਂਬਲੀ ਦੀ ਇਲੈਕਸ਼ਨ ਜਾਂਦਾ ਆਪਣੀ ਮੀਟਿੰਗ ਤੇ ਜਾਂਦਾ ਉਦੋਂ ਉਦੋਂ ਟ੍ਰੈਵਲ ਪੱਤਾ ਮਿਲ ਜਾਂਦਾ ਐਮ ਐਲ اے ਹੌਸਟਲ ਹੈ ਉਹਦੇ ਵਿਚ ਰਹੇ ਉਹਦਾ ਖਰਚ ਮਿਲ ਜਾਂਦਾ ਸਿਟਿੰਗ ਫੀ ਵੀ ਦੇ ਦਿੰਦੇ ਉਹਨੂੰ ਉਹਨੂੰ ਕੰਸਟਿਟਿਊਐਂਸੀ ਅਲਾਊਸ ਦੇ ਦੇ ਕੰਮ ਕਰਨ ਲਈ ਕੰਮ ਖਤਮ ਪਾਦੀ ਪਰਿਸ਼ਦ ਤੇ ਕਾਦੀਆਂ ਸਹੂਲਤਾ ਕਿਉਂ ਇਦਾਂ ਦੇ ਬੰਦੇ ਆ ਜਾਣ ਪੰਜਾਬ ਬਾਜੂ ਵੀ 스타ਟਡ ਲਾਈਕ ਦਿਸ ਪਹਿਲਾਂ ਕੋਈ ਪਰਿਸ਼ਦ ਕੋਈ ਕੇਤਰਖਾਨੇ ਸੀ ਹੁੰਦੀ ਜੀ ਔਰ ਇਹੋ ਤਰ੍ਹਾਂ ਬਣਿਆ ਕਿਉਂਕਿ ਪਾਵਰ ਚ ਬੈਠੇ ਆ ਚਾਹੇ ਤਰਖਾ ਲੈ ਲੋ ਬੰਦਾ ਲੋ ਜੋ ਮਰਜੀ ਕਰ ਲੋ ਪੁੱਛ ਬੜੀ ਇਹ ਤਾਂ ਕੋਰਟ ਵੀ ਜਿੰਨੀ ਨਹੀਂ ਕਰ ਸਕਦੀ ਕਿਉਂਕਿ ਸੈਂਬਲੀ ਦੇ ਪੈਸੇ ਐ ਪਾਰਲੀਮੈਂਟ ਦੇ ਫੈਸਲੇ ਐ ਇਹ ਤਾਂ ਪਾਰਲੀਮੈਂਟ ਚ ਜਾਂ ਸੈਂਬਲੀ ਚ ਉਹ ਪਾਵਰ ਆ ਜਵੇ ਜਿਹੜੀ ਸਭ ਕੁਝ ਨਲੀ ਕਰ ਨਾਈਫਾਈ ਕਰ ਦੋ ਇਹਨਾਂ ਨੂੰ ਤਾਂ ਪੰਜਾਬ ਬਚੂ ਤਾਂ ਸਟੇਟ ਬਚੂ ਅੱਛਾ ਆਖਰੀ ਸਵਾਲ ਕੋਰੋਨਾ ਵਾਇਰਸ ਤੇ ਚੱਲਦੇ ਜਿਹੜੀ ਆਰਥਿਕ ਸੱਟ ਜਿਹੜੀ ਐ ਪੰਜਾਬ ਨੂੰ ਵੱਜੀ ਐ ਉਸ 60 ਤੋਂ ਉੱਪਰਨ ਦੇ ਲਈ ਹੁਣ ਇੱਕ ਕਮੇਟੀ ਬਣਾਈ ਜਾ ਰਹੀ ਹੈ ਜਿਸ ਦੇ ਵਿੱਚ ਮੌਂਟੇਕ ਸਿੰਘ ਆਲੂ ਵਾਲੀਆ ਹੁਣਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਚਲੋ ਤੁਹਾਡਾ ਮੰਨਿਆ ਕਿ ਪਹਿਲਾਂ ਵੀ ਗੱਲ ਨਹੀਂ ਮੰਨੀ ਤੁਹਾਨੂੰ ਹੁਣ ਸੱਦਾ ਵੀ ਨਹੀਂ ਭੇਜਿਆ ਗਿਆ ਮੈਨੂੰ ਨਹੀਂ ਸੱਦਾ ਪੇਸ਼ ਆ ਰਿਹਾ ਤੁਹਾਨੂੰ ਲੱਗਦਾ ਹੈ ਕਿ ਕਮੇਟੀ ਕੁਝ ਕਰੇਗੀ ਜੇ ਕਮੇਟੀ ਕਮੇਟੀ ਦੇ ਬੰਦੇ ਬਹੁਤ ਅੱਛੇ ਆ ਇਸ ਗੱਲ ਲਈ ਜੀ ਮੌਂਟੇਕ ਸਿੰਘ ਆਲੂ ਵਾਲੀਆ ਮੇਰਾ ਦੋਸਤ ਹੈ ਅਸੀਂ ਇਕੱਠੇ ਕੰਮ ਕੀਤਾ ਹੈ ਇਜ਼ ਐਨ ਐਕਸਲੈਂਟ ਇਕਨੋਮਿਸਟ ਕੋਈ ਪ੍ਰੋਬਲਮ ਨਹੀਂ ਜੀ ਲੇਗਲ ਸਵਾਲ ਤਾਂ ਹੈ ਕਿ ਕਮੇਟੀ ਦਾ ਮੰਡੇਟ ਹੀ ਗਲਤ ਹੈ ਆਫਟਰ ਕਰੋਨਾ ਤੁਹਾਨੂੰ ਕੀ ਪਤਾ ਕਰ ਕਰੋਨਾ ਕਦ ਬੰਦ ਹੋਣਾ ਮੰਡੇਟ ਇਹਨਾਂ ਨੂੰ ਇਹ ਚਾਹੀਦਾ ਸੀ ਕਿ ਕਰੋਨਾ ਦੇ ਨਾਲ ਡੀਲ ਕਰਕੇ ਕਰੋਨਾ ਦੇ ਹੁੰਦੇ ਆਂ ਹੈ ਵਾਰਿਸ ਦੇ ਹੁੰਦੇ ਆਂ ਇਹਨਾਂ ਨੂੰ ਰੀਸਟਾਰਟ ਕੇ ਬੈਠਣਾ ਇਹ ਤਾਂ ਪਹਿਲਾ ਪਹਿਲਾ ਤਾਂ ਮੰਡੇਟ ਹੀ ਗਲਤ ਹੈ ਸਮਝਣਾ ਜਦ ਤੱਕ ਕਰੋਨਾ ਖਤਮ ਹੋਣੀ ਹੈ ਜੇ ਨਹੀਂ ਸ਼ਾਇਦ ਹੋਣ ਉਹ ਤੱਕ ਤਾਂ ਗਵਰਨਮੈਂਟ ਹੀ ਰਹਿਣੀ ਹੂੰ ਦੂਜੀ ਗੱਲ ਹੈ ਭਈ ਇਹ ਉਹ ਕੀ ਰਿਕਮੈਂਡ ਕਰਦੀ ਆ ਉਹ ਪਰਮਾਤਮਾ ਜਾਣੇ ਪਰ ਹੁਣ ਸਵਾਲ ਤੇ ਆ ਕਿ ਬੰਦੇ ਤਾਂ ਠੀਕ ਐ ਉਹ ਪੰਜਾਬ ਦੀ ਕਿੰਨੀ ਕ ਨੌਲੇਜ ਹੈ ਉਹਨਾਂ ਨੂੰ ਪੰਜਾਬ ਦੀ ਪੋਲੀਟੀ ਦੀ ਕਿੰਨੀ ਕ ਨੌਲੇਜ ਹੈ ਉਹਨਾਂ ਨੂੰ ਇਹਨਾਂ ਦੀ ਮੈਂਟੈਲਿਟੀ ਦੀ ਕਿੰਨੀ ਕ ਇਹਨਾਂ ਨੂੰ ਉਹ ਤਾਂ ਹਮ ਇਹਨੂੰ ਨਹੀਂ ਮੈਨੇ ਮੈਨੇ ਸਾਬਿਤ ਹੈ ਕਿ ਉਹ ਜੋ ਉਹ ਨਹੀਂ ਉਹਨਾਂ ਦੇ ਹੋਲਡ ਹੈ ਜੀ ਕਿਉਂਕਿ ਇਹੇ ਮਨਤੇਗ ਸਿੰਘ ਅਲੂਵਾਲੀ ਜਦ ਅ ਸੀਗਾ ਡਿਪਟੀ ਚੇਅਰਮੈਨ ਪਲੈਨਿੰਗ ਦਾ ਮੈਂ ਵੀ ਐਸੀ ਜਨ ਮੀਟਿੰਗ ਜਾਂਦਾ ਨੇ ਇਹ 5 ਸਾਲ ਤਾਂ ਇਹ ਰੋੜੀ ਪੌਦਾਰਿਆਂ ਨੂੰ ਕਿ ਬਿਲੀ ਫ੍ਰੀ ਬਿਲੀ ਬੰਦ ਕਰੋ ਹਾਂ ਉਹ ਮੈਂ ਰੋੜੀ ਪੌਦਾਰਿਆਂ ਬਾਕੀ ਦੇ ਮੈਂਬਰ ਪੌਂਦੇ ਨਹੀਂ ਮੰਨੇ ਹੁਣ ਅਗਰ ਰਿਪੋਰਟ ਦੇ ਵੀ ਦੋਗਾ ਤਾਂ ਕੀ ਬੰਨਣਗੇ ਹੁਣ ਤੋਂ ਪਾਵਰ ਚ ਬਣੀ ਵੈਨ ਹੀ ਵਾਸ ਇਨ ਪਾਵਰ ਐਜ਼ ਅ ਚੇਅਰਮੈਨ ਆਫ ਦੀ ਡਿਪਟੀ ਚੇਅਰਮੈਨ ਉਦੋਂ ਵੀ ਤੇਨੇ ਕੋਈ ਗੱਲ ਨਹੀਂ ਮੰਨੀ ਜੀ ਹਾਂ ਹੀ ਇਜ਼ ਇੰਟੈਲੀਜੈਂਟ ਪਰਸਨ ਨੋ ਡਾਊਟ ਬਟ ਮਨ ਮੂਡ ਸੇ ਗਿਆ ਦੋਨੋਂ ਬੰਦੇ ਮੀਟ ਟੂਗੇਦਰ ਦੇ ਆਰ ਦੇ ਆਰ ਐਕਸਲੈਂਟ ਇਕਨੋਮਿਸ ਹੁਣ ਕੀ ਰਿਪੋਰਟ ਦੇਦੇ ਦੇਖੋ ਇਟ ਡਿਪੈਂਡ ਕਰਦਾ ਸਤਿ ਸ਼੍ਰੀ ਅਕਾਲ ਜੋਲ ਸਾਹਿਬ ਸ਼ੁਮਰਾਂ ਦੇ ਲਈ ਬਿਲਕੁਲ ਸੋ ਨਾਈਸ ਆਫ ਯੂ ਤੁਸੀਂ ਜੋ ਪੁੱਛਿਆ ਦਾਤਾ ਹੋ ਸਕਦਾ ਮੈਂ ਨਾਠੀ ਕੋਮਾ ਪਰ ਜੋ ਮੇਰੀ ਸੋਚ ਆ ਉਹ ਮਤਾਫਦ ਹੁੰਦਾ ਹਸਤਾ ਪਰਮਾਤਮਾ ਕਰੇ ਸਮਤ ਬਖਸ਼ੇ ਸਾਡੇ ਪੋਲੀਟਿਸ਼ੀਨ ਨੂੰ ਪੰਜਾਬ ਉਬਰੇ ਦੁਆਰਾ ਔਰ ਅਸੀਂ ਉਹ ਹੱਸਾ ਖੇਡਦਾ ਪੰਜਾਬ ਦੇਖ ਸਕੀਏ ਇਹੋ ਹੀ ਮਨ ਦੀ ਚਾਹ ਐਸ ਉਮਰ ਦੇ ਵਿੱਚ ਹੋਰ ਤਾਂ ਮੈਨ ਕੋਈ ਇੱਛਾ ਕੋਈ ਨਹੀਂ ਸੋ ਬਿਲਕੁਲ ਜਿਹੜੇ ਚਿੰਤਕ ਲੋਕ ਨੇ ਪੰਜਾਬ ਪੰਜਾਬੀਅਤ ਦੇ ਡਾਕਟਰ ਜੋਲ ਹੁਣਾ ਵਰਗੇ ਜਾਂ ਫਿਰ ਹੋਰ ਵੀ ਪੰਜਾਬ ਦੇ ਆਮ ਲੋਕ ਜਿਹੜੇ ਇਹ ਸੋਚਦੇ ਰਹਿੰਦੇ ਨੇ ਕਿ ਪੰਜਾਬ ਕਦੋਂ ਇਸ ਦਲਦਲ ਦੇ ਵਿੱਚੋਂ ਕਰਜ਼ੇ ਦੀ ਜਿਹੜੀ ਦਲਦਲ ਹੈ ਉਸ ਵਿੱਚੋਂ ਬਾਹਰ ਆਵੇਗਾ ਸਾਡੇ ਨੇਤਾ ਵੀ ਸੋਚਦੇ ਨੇ ਪਰ ਉਹਨਾਂ ਦੀ ਸੋਚ ਜਦੋਂ ਸੱਤਾ ਦੇ ਵਿੱਚ ਆ ਜਾਂਦੀ ਹੈ ਤਾਂ ਉਹ ਫਿਰ ਬਦਲ ਜਾਂਦੀ ਹੈ ਪੰਜਾਬ ਤੇ ਪੰਜਾਬ ਦੇ ਮਸਲੇ ਜਿਹੜੇ ਨੇ ਉਹ ਵਿਸਰ ਜਾਂਦੇ ਨੇ ਉਮੀਦ ਕਰਦੇ ਆ ਕਿ ਸਾਡੇ ਸੱਤਾਧਾਰੀ ਧਿਰ ਦੇ ਜਿਹੜੇ ਲੋਕ ਨੇ ਉਹ ਜਾਗਣਗੇ ਤੇ ਕੁਝ ਨਾ ਕੁਝ ਪੰਜਾਬ ਦੇ ਬਾਰੇ ਪੰਜਾਬ ਦੇ ਸਿਰ ਚੜੇ ਹੋਏ ਕਰਜ਼ੇ ਬਾਰੇ ਆਉਣ ਵਾਲੇ ਸਮੇਂ ਤੇ ਕੁਝ ਚੰਗੇ ਕਦਮ ਜਿਹੜੇ ਨੇ ਜ਼ਰੂਰ ਚੁੱਕਣਗੇ ਉਮੀਦ ਕਰਦੇ ਆ ਕਿ ਡਾਕਟਰ ਸਰਦਾਰਾ ਸਿੰਘ ਜੋਲ ਖੋਣਾ ਦੇ ਨਾਲ ਸਾਡੀ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਇਦਾਂ ਹੀ ਬਣੇ ਰਹੋ ਪ੍ਰਾਈਮੇਸ਼ੀਆ ਟੀਵੀ ਦੇ ਨਾਲ ਤੁਹਾਡਾ ਆਪਣਾ ਤੁਹਾਡੇ ਲਈ